बुलंद जज्बिया नू कोई तूफान रोक नहीं सकता, किसे देवी दे कदमा नू शैतान रोक नहीं सकता। इरादा कर लवे औरत ते जे तार लए दिल विच, हिमाला भी फिर उसकी उड़ान रोक नहीं सकता। मोढे नाल मोढा जोड़ के हर एक जंजीर नू तोड़ के, मोढे नाल मोढा जोड़ के हर एक जंजीर नू तोड़ के, ए रुख हवा दे मोड़ के मंजिल तक जावन। ए धीया जगदिया नीहा देश दा माण वधावन, असी धीया सिर जनहारिया सब दा माण वधाइए। ਸਤਿਕਾਰ, ਨਮਸਕਾਰ ਤੇ ਹੈਲੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਾਰੀ ਸਨਮਾਨ ਦੇ ਮਹਾਮੰਚ ਉੱਪਰ। ਨਾਮ ਹੈ ਜਿਸਦਾ ਸਿਰਜਣਹਾਰੀ 2018, ਕੋ ਪ੍ਰੈਜੈਂਟਡ ਬਾਏ ਕੋਲਗੇਟ ਐਂਡ ਪਾਵਰਡ ਬਾਏ ਪ੍ਰਗਾ ਨਿਊਜ਼। ਮਾਂ ਬਣਨੇ ਕਾ ਅਹਿਸਾਸ ਹੋਤਾ ਹੈ ਬਹੁਤ ਖਾਸ। ਅੱਜ ਆਪਾਂ ਗੱਲ ਕਰਦੇ ਹਾਂ ਖੇਡਾਂ ਦੀ, ਸਪੋਰਟਸ ਦੀ, ਅਤੇ ਸਾਡੀ ਆਡੀਅੰਸ ਵਿੱਚ ਬਹੁਤ ਸਾਰੀਆਂ ਪਿਆਰੀਆਂ ਕੁੜੀਆਂ ਹੋਏ ਨੇ ਜਿਹੜੀ ਕਿ ਸਪੋਰਟਸ ਵਿੱਚ ਬਹੁਤ ਇੰਟਰਸਟਿਡ ਨੇ। ਪੁੱਛਦੇ ਹਾਂ ਨਾ ਕੁੜੀਆਂ ਨੂੰ ਕਿ ਇਹਨਾਂ ਨੂੰ ਕਿਹੜੇ ਸਪੋਰਟਸ ਪਸੰਦ ਨੇ। ਹਾਂਜੀ, ਤੁਸੀਂ ਦੱਸੋ। Mom, I love playing table tennis. Table tennis ਖੇਡਦੇ ਹੋ? ਹਾਂਜੀ। ਕਦੋਂ ਤੋਂ ਖੇਡਦੇ ਹੋ? Mom, 3 to 4 years ਹੋ ਗਏ ਜਦੋਂ ਦਾ ਕਾਲਜ ਸ਼ੁਰੂ ਕੀਤਾ ਸੀ, ਤਾਂ ਕਾਲਜ ਦੇ ਨਾਲ ਹੀ ਪ੍ਰੈਕਟਿਸ ਸ਼ੁਰੂ ਕੀਤੀ ਸੀ, ਅਤੇ ਫਿਰ ਲਾਸਟ ਈਅਰ ਇੰਟਰ ਕਾਲਜ ਲਈ ਪਰਫੋਰਮ ਕੀਤਾ ਸੀ, ਅਤੇ ਆਈ ਵੋਨ ਸਿਲਵਰ ਫੋਰ ਆਰ ਕਾਲਜ। ਕੰਗ੍ਰੈਚੁਲੇਸ਼ਨਸ ਬਈ, ਤਾੜੀਆਂ ਜ਼ੋਰਦਾਰ। ਹੋਰ ਕਿਹੜੀ ਮੇਰੀ ਭੈਣ ਇੰਟਰਸਟਿਡ ਹੈ ਸਪੋਰਟਸ? ਹਾਂਜੀ, ਤੁਸੀਂ? ਹਰਮਨਪ੍ਰੀਤ ਕੌਰ। ਹਰਮਨਪ੍ਰੀਤ ਕੌਰ, ਹਾਂਜੀ। ਤੁਸੀਂ ਕਿਹੜਾ ਸਪੋਰਟਸ ਖੇਡਦੇ? ਮੈਂ ਬਾਸਕਟਬਾਲ। ਬਾਸਕਟਬਾਲ, ਹਾਂਜੀ ਮੈਮ। ਓਕੇ, ਤੇ ਕਦੋਂ ਤੋਂ ਸ਼ੁਰੂ ਕੀਤਾ? ਮੈਮ, ਵਨ ਆਈ ਵਾਸ ਇਨ 7th, ਮੈਂ ਸਟੇਟ ਲੈਵਲ ਪਲੇਅਰ ਆ ਬਾਸਕਟਬਾਲ ਦੀ, ਤੇ ਮੈਂ 2 ਵਾਰ ਸਟੇਟ ਲੱਗੀ ਹੋਈ ਹੈ, ਤਾਂ ਆਈ ਹੈਵ 1 ਬ੍ਰੋਨਸ ਐਂਡ 1 ਸਿਲਵਰ ਇਨ ਦੈਟ। ਲਵਲੀ, ਦੈਟਸ ਨਾਈਸ। ਥੈਂਕ ਯੂ ਮੈਮ। ਹਾਂਜੀ, ਇੱਧਰ ਕੋਈ ਮੇਰੀ ਪਿਆਰੀ ਜੀ ਭੈਣ। ਹਾਂਜੀ, ਮੈਂ ਬੈਡਮਿੰਟਨ ਖੇਡਦੀ ਹਾਂ। ਬੈਡਮਿੰਟਨ ਖੇਡਦੀ ਹਾਂ ਜੀ। ਮੈਂ ਵੀ ਖੇਡਦੀ ਹਾਂ, ਬਹੁਤ ਚੰਗਾ ਲੱਗਦਾ ਖੇਡਣਾ। ਮੈਨੂੰ ਵੀ ਬਹੁਤ ਚੰਗਾ ਲੱਗਦਾ। ਤੇ ਤੁਸੀਂ ਕਿਹੜੇ ਮੈਡਲਸ ਲੈ ਲਏ ਨੇ? ਮੈਂ ਕੋਈ ਮੈਡਲ ਨਹੀਂ ਲਿਆ। ਮੈਂ 2 ਬ੍ਰੋਨਸ ਲਏ ਹੋਏ ਆ। ਤੁਸੀਂ 2 ਬ੍ਰੋਨਸ ਲਏ ਨੇ? ਹਾਂਜੀ। ਆਈ ਐਮ ਐਕਸਾਈਟਿਡ, ਹੁਣ ਮੈਂ ਵੀ ਕੁਝ ਹੈਜਾ ਕਰਦੀ ਹਾਂ ਕਿ ਮੈਂ ਵੀ ਕੁਝ ਮੈਡਲਸ ਲੈ ਲਾਂ, ਹੈਨਾ ਜੀ? ਸ਼ੋਰ। ਰਾਈਟ, ਆਲ ਦਾ ਬੈਸਟ। ਥੈਂਕ ਯੂ। ਅੱਛਾ, ਮੈਂ ਇੱਕ ਤਰੀਕੀ ਜਿਹਾ ਸਵਾਲ ਪੁੱਛਦੀ ਹਾਂ ਤੁਹਾਨੂੰ ਕਿ ਇਹ ਤਾਂ ਤੁਹਾਡੇ ਪਸੰਦ ਦੇ ਸਾਰੇ ਸਪੋਰਟਸ ਨੇ, ਠੀਕ ਹੈ? ਬਾਸਕਟਬਾਲ ਹੋ ਗਈ, ਟੇਬਲ ਟੈਨਿਸ ਹੋ ਗਿਆ, ਬੈਡਮਿੰਟਨ ਹੋ ਗਿਆ, ਮੈਨੂੰ ਵੀ ਚੰਗਾ ਲੱਗਦਾ। ਹੁਣ ਜੇ ਕਿਹਾ ਜਾਏ ਕਿ ਤੁਸੀਂ ਆਪਣੇ ਸਪੋਰਟਸ ਛੱਡ ਕੇ ਤੁਸੀਂ ਰੈਸਲਿੰਗ ਕਰੋ, ਕਿੰਨੀਆਂ ਕੁੜੀਆਂ ਹੱਥ ਖੜੇ ਕਰਨਗੀਆਂ? ਕੁਸ਼ਤੀ? ਕੋਈ ਵੀ ਨਹੀਂ। ਦੇਖਿਆ, ਜਿਸ ਖੇਡ ਬਾਰੇ ਕੋਈ ਕੁੜੀ ਸੋਚਣ ਲਈ ਵੀ ਤਿਆਰ ਨਹੀਂ, ਉਸੇ ਖੇਡ ਨੂੰ ਜੇ ਕੋਈ ਕੁੜੀ ਖੇਡੇ, ਨਾ ਸਿਰਫ ਖੇਡੇ ਸਗੋਂ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਇੰਟਰਨੈਸ਼ਨਲ ਲੈਵਲ ਦੀਆਂ ਕਾਮਯਾਬੀਆਂ ਵੀ ਹਾਸਿਲ ਕਰੇ, ਆਪਣਾ, ਆਪਣੇ ਪਰਿਵਾਰ ਦਾ, ਆਪਣੇ ਪੰਜਾਬ ਦਾ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰੇ, ਅਤੇ ਸਾਬਿਤ ਕਰਦੇ ਕਿ ਕੁੜੀਆਂ ਨਹੀਂ ਕਿਸੇ ਤੋਂ ਘੱਟ, ਕੱਢ ਦਿੰਦੀਆਂ ਨੇ ਸਾਰੇ ਵੱਟ। ਇਹੋ ਜਿਹੀ ਪ੍ਰੇਰਣਾ ਐਸੀ ਬੇਮਿਸਾਲ ਕੁੜੀ ਨੂੰ ਮਿਲਣਾ ਚਾਹੂੰਗੀ। ਦ ਫਸਟ ਵੁਮਨ ਇਨ ਇੰਡੀਆ ਟੂ ਵਿਨ ਗੋਲਡ ਇਨ ਦ ਏਸ਼ੀਆ ਚੈਂਪੀਅਨਸ਼ਿਪ, ਨਵਜੋਤ। ਤਹਿ ਦਿਲੋਂ ਸ਼ੁਕਰੀਆ ਤੁਸੀਂ ਸਾਡੇ ਸ਼ੋਅ 'ਚ ਆਏ, ਤੇ ਇਹਦੀ ਸ਼ੋਭਾ ਵਧਾਈ। ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਮੈਨੂੰ ਇਨਵਾਈਟ ਕੀਤਾ। ਇਹ ਗੱਲ ਦੱਸੋ ਨਵਜੋਤ, ਮੈਂ ਇੱਥੇ ਕੁੜੀਆਂ ਨੂੰ ਪੁੱਛ ਰਹੀ ਸੀ ਸਾਰਿਆਂ ਨੂੰ ਕੀ ਕੀ ਗੇਮਸ ਪਸੰਦ ਕਰਦੇ, ਕਿਸੇ ਨੇ ਵੀ ਰੈਸਲਿੰਗ ਨਹੀਂ ਕਿਹਾ, ਕਿਸੇ ਨੇ ਨਹੀਂ ਕਿਹਾ ਕਿ ਅਸੀਂ, ਕਿਸੇ ਨੇ ਹੱਥ ਹੀ ਨਹੀਂ ਖੜਾ ਕੀਤਾ। ਹਾਊ ਕਮ ਇੱਕ ਪਿੰਡ 'ਚੋਂ ਇੱਕ ਸਿੰਪਲ ਜਿਹੀ ਕੁੜੀ ਨੇ ਸੋਚਿਆ ਕਿ ਮੈਂ ਰੈਸਲਿੰਗ ਕਰਾਂਗੀ? ਰੈਸਲਿੰਗ ਐਕਚੁਲੀ ਮੇਰੇ ਪਾਪਾ ਨੂੰ ਕਾਫੀ ਸ਼ੌਂਕ ਸੀ, ਬਟ ਉਸ ਟਾਈਮ ਇੰਨਾ ਰੈਸਲਿੰਗ ਦਾ ਕਰੇਜ਼ ਵੀ ਨਹੀਂ ਸੀ, ਅਤੇ ਪਾਪਾ ਦੇ ਜਿੱਦਾਂ ਫੈਮਿਲੀ ਨੇ ਵੀ ਜ਼ਿਆਦਾ ਸਪੋਰਟ ਨਹੀਂ ਕੀਤੀ, ਅਤੇ ਪਾਪਾ ਨੂੰ ਜਿੱਦਾਂ ਸ਼ੌਂਕ ਸੀ, ਅਤੇ ਇਸ ਲਈ ਪਾਪਾ ਨੇ ਸਿਸਟਰ ਨੂੰ ਲਗਾਇਆ, ਕਿਉਂਕਿ ਸਿਸਟਰ ਮੇਰੇ ਤੋਂ ਵੱਡੇ ਨੇ, ਅਤੇ ਉਹ ਰੈਸਲਿੰਗ ਪਾਪਾ ਨੇ ਸਿਸਟਰ ਨੂੰ ਸ਼ੁਰੂ ਕਰਾਈ ਕਿ ਜੋ ਮੈਂ ਨਹੀਂ ਕਰ ਸਕਿਆ ਬੇਟਾ ਤੁਸੀਂ ਕਰਨਾ ਵਾ, ਅਤੇ ਉਹ ਜਦੋਂ ਰੈਸਲਿੰਗ ਕਰਦੇ ਸੀ, ਅਤੇ ਇੱਕ ਦਿਨ ਅਚਾਨਕ ਉਹਨਾਂ ਦੇ ਇੰਜਰੀ ਹੋ ਗਈ, ਅਤੇ ਇਸ ਕਰਕੇ ਉਹਨਾਂ ਨੂੰ ਗੇਮ ਜਿਹੜੀ ਆ ਵਿੱਚ ਹੀ ਛੱਡਣੀ ਪੈ ਗਈ, ਕਿਉਂਕਿ ਡਾਕਟਰ ਨੇ ਕਿਹਾ ਕਿ ਤੁਸੀਂ ਜਾਂ ਤਾਂ ਸਾਡੇ ਇਲਾਜ ਲਈ ਬਹੁਤ ਖਰਚਾ ਲੱਗੇਗਾ, ਅਤੇ ਉਸ ਟਾਈਮ ਇੰਨਾ
ਪਾਪਾ ਕੋਲ ਪੈਸੇ ਨਹੀਂ ਸੀਗੇ ਇਲਾਜ ਕਰਾ ਸਕਣ, ਅਤੇ ਸਿਸਟਰ ਨੇ ਰੈਸਲਿੰਗ ਵਿੱਚੇ ਹੀ ਛੱਡ ਕੇ ਫਿਰ ਇਹੀ ਸੁਪਨਾ ਜੋ ਪਾਪਾ ਦਾ ਸੁਪਨਾ ਸੀ ਉਹਨੂੰ ਸਿਸਟਰ ਨੇ ਮੈਨੂੰ ਕਿਹਾ ਕਿ ਜੋ ਪਾਪਾ ਦਾ ਅਤੇ ਹੁਣ ਮੇਰਾ ਵੀ ਸੁਪਨਾ ਬਣ ਗਿਆ ਹੈ ਨਵਜੋਤ, ਕਿਉਂ ਨਾ ਤੂੰ ਇੰਡੀਆ ਲਈ ਉਹ ਮੈਡਲ ਲੈ ਕੇ ਆਵੇਂ ਜੋ ਮੈਂ ਲੈ ਕੇ ਆਉਣਾ ਚਾਹੁੰਦੀ ਸੀ, ਅਤੇ ਤੂੰ ਮੇਰਾ ਅਤੇ ਪਾਪਾ ਦਾ ਸੁਪਨਾ ਪੂਰਾ ਕਰਨਾ ਹੈ। ਅਤੇ ਮੈਂ ਇਹੀ ਸੋਚ ਕੇ ਲੱਗੀ ਹਾਂ ਕਿਉਂਕਿ ਮੈਂ ਮੇਰੇ ਫਾਦਰ ਸਾਹਿਬ ਦਾ ਅਤੇ ਮੇਰੀ ਸਿਸਟਰ ਦਾ ਉਹ ਸੁਪਨਾ ਪੂਰਾ ਕਰਨਾ ਚਾਹੁੰਦੀ ਹਾਂ ਕਿ ਉਹ ਕਹਿੰਦੇ ਉਹਨਾਂ ਦਾ ਸੁਪਨਾ ਹੈ ਕਿ ਮੈਂ ਓਲੰਪਿਕ 'ਚ ਮੈਡਲ ਲੈ ਕੇ ਆਵਾਂ, ਅਤੇ ਮੈਂ ਪੂਰੀ ਜੀ ਜਾਨ ਲਗਾ ਰਹੀ ਹਾਂ ਕਿ ਮੈਂ ਓਲੰਪਿਕ 'ਚ 2020 'ਚ ਟੋਕੀਓ ਤੋਂ ਮੈਡਲ ਲੈ ਕੇ ਆਵਾਂ ਇੰਡੀਆ ਲਈ। ਜ਼ਰੂਰ, ਆਈ ਐਮ ਸ਼ੋਰ ਤੁਸੀਂ ਉਹ ਜਿੱਤ ਕੇ ਲਿਆਓਗੇ। ਥੈਂਕ ਯੂ। ਬਟ ਇਹ ਸੁਪਨਾ ਤੁਹਾਡੇ ਸਿਸਟਰ ਦਾ, ਤੁਹਾਡੇ ਪਾਪਾ ਦਾ ਹੀ ਹੈ ਕਿ ਤੁਹਾਡਾ ਵੀ ਹੈ? ਐਕਚੁਲੀ ਸਟਾਰਟਿੰਗ ਤੋਂ ਮੇਰਾ ਨਹੀਂ ਸੀ ਕਿਉਂਕਿ ਮੈਨੂੰ ਇੰਨਾ ਸ਼ੌਂਕ ਨਹੀਂ ਸੀ ਰੈਸਲਿੰਗ ਦਾ, ਅਤੇ ਬਟ ਜਿਸ ਤਰ੍ਹਾਂ ਮੈਂ ਹੌਲੀ ਹੌਲੀ ਰੈਸਲਿੰਗ ਦੇ ਵਿੱਚ ਗਈ, ਜਿਸ ਤਰ੍ਹਾਂ ਮੈਨੂੰ ਕੋਚਿੰਗ ਦਿੱਤੀ ਮੇਰੇ ਕੋਚ ਅਸ਼ੋਕ ਕੁਮਾਰ ਨੇ, ਜਦੋਂ ਮੈਨੂੰ ਉਹਨਾਂ ਦੀ ਹੌਲੀ ਹੌਲੀ ਟ੍ਰੇਨਿੰਗ ਦਿੱਤੀ, ਜਦੋਂ ਮੈਂ ਫਸਟ ਮੈਡਲ ਜਿੱਤਿਆ ਤਾਂ ਕਾਫੀ ਮੈਨੂੰ ਘਰ ਤੋਂ ਵੀ ਕਾਫੀ ਪਿਆਰ ਮਿਲਿਆ ਮੇਰੇ ਮੈਡਲ ਨੂੰ ਦੇਖ ਕੇ। ਜੋ ਪਾਪਾ ਦੀ ਇੱਕ ਖੁਸ਼ੀ ਸੀ ਉਹਨੂੰ ਮੈਂ ਜਦੋਂ ਦੇਖਿਆ, ਮੈਂ ਸੋਚਿਆ ਕਿ ਜਦੋਂ ਇੱਕ ਛੋਟੇ ਜਿਹੇ ਮੈਡਲ ਨਾਲ, ਇੱਕ ਡਿਸਟ੍ਰਿਕਟ ਦੇ ਮੈਡਲ ਨਾਲ ਪਾਪਾ ਇੰਨੇ ਖੁਸ਼ ਨੇ, ਸਿਸਟਰ ਇੰਨੀ ਖੁਸ਼ ਹੈ, ਕਿਉਂ ਨਾ ਮੈਂ ਕੁਛ ਵੱਡਾ ਕਰਾਂ, ਅਚੀਵ ਕਰਾਂ ਜਿਸ ਨਾਲ ਪਾਪਾ ਨੂੰ ਅਤੇ ਪੂਰੇ ਇੰਡੀਆ ਨੂੰ ਮੇਰੇ 'ਤੇ ਪ੍ਰਾਊਡ ਹੋਵੇ। ਅਤੇ ਇਹੀ ਸੋਚ ਕੇ ਮੈਂ ਕੰਟੀਨਿਊ ਕਰਦੇ ਰਹੀ, ਅਤੇ ਹੁਣ ਇਹ ਪਾਪਾ ਉਹਨਾਂ ਦਾ ਸੁਪਨਾ ਤਾਂ ਹੈ ਹੀ ਹੈ, ਬਟ ਮੇਰਾ ਵੀ ਸੁਪਨਾ ਹੈ ਕਿ ਮੈਂ ਓਲੰਪਿਕ 'ਚ ਮੈਡਲ ਲੈ ਕੇ ਆਵਾਂ ਇੰਡੀਆ ਲਈ। ਕਿੰਨਾ ਵੱਖਰਾ ਫੀਲ ਕਰਦੇ ਹੋ ਕਿ ਤੁਹਾਡਾ ਜਿਹੜਾ ਇੱਕ ਚੋਇਸ ਆਫ ਸਪੋਰਟ ਹੈ ਉਹ ਬਾਕੀ ਨੋਰਮਲ ਕੁੜੀਆਂ ਤੋਂ ਬਿਲਕੁਲ ਵੱਖਰਾ? ਰੈਸਲਿੰਗ ਇੱਕ ਇਹੋ ਜਿਹੀ ਗੇਮ ਹੈ ਜਿਸਨੂੰ ਆਪਣੇ ਸਮਾਜ 'ਚ ਸੋਚਦੇ ਨੇ ਕਿ ਲੜਕੀਆਂ ਦੀ ਗੇਮ ਨਹੀਂ ਹੈ, ਇਹ ਬੋਇਜ਼ ਦੀ ਗੇਮ ਹੈ। ਅਤੇ ਫਾਦਰ ਸਾਹਿਬ ਨੂੰ ਵੀ ਜਦੋਂ ਮੈਂ ਸਟਾਰਟ ਕੀਤੀ, ਪਹਿਲਾਂ ਸਿਸਟਰ ਨੇ ਕੀਤੀ, ਤਾਂ ਉਸ ਟਾਈਮ ਹੀ ਲੋਕ ਕਹਿਣ ਲੱਗ ਪਏ ਕਿ ਕਿੱਥੇ ਤੁਸੀਂ ਲੜਕੀਆਂ ਨੂੰ ਰੈਸਲਿੰਗ ਦੇ ਵਿੱਚ ਪਾ ਦਿੱਤਾ ਵਾ, ਇਹਨਾਂ ਦੇ ਪਲੱਸ ਟੂ ਕਰਵਾਓ, ਪੜ੍ਹਾਓ, ਜਿੰਨਾ ਪੜ੍ਹਾਉਣਾ ਹੈ ਅਤੇ ਮੈਰਿਜ ਕਰ ਦਿਓ ਇਹਨਾਂ ਦੀ। ਪਰ ਪਾਪਾ ਨੇ ਉਹਨਾਂ ਦੀ ਗੱਲ ਨਹੀਂ ਮੰਨੀ, ਪਾਪਾ ਕਹਿੰਦੇ ਕਿ ਮੇਰੀ ਬੇਟੀਆਂ ਦਾ ਸੁਪਨਾ ਹੈ, ਜੋ ਮੇਰਾ ਸੁਪਨਾ ਸੀ ਉਹ ਮੇਰੀ ਬੇਟੀਆਂ ਨੇ ਆਪਣੀਆਂ ਅੱਖਾਂ 'ਚ ਸੁਪਨਾ ਲੈ ਕੇ ਚੱਲੀਆਂ ਨੇ, ਅਤੇ ਮੈਂ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਨਹੀਂ ਸਕਦਾ, ਨਾ ਮੈਂ ਉਹਨਾਂ ਦੀ ਮੈਰਿਜ ਬਾਰੇ ਸੋਚਾਂ, ਜਦੋਂ ਉਹ ਕਹਿਣਗੀਆਂ ਉਦੋਂ ਮੈਰਿਜ ਹੋਵੇਗੀ, ਜਿੱਦਾਂ ਉਹ ਕਰਨਾ ਚਾਹੁੰਦੀਆਂ ਉੱਦਾਂ ਹੀ ਕਰਾਂਗੀ। ਅਤੇ ਇਸੇ ਇਹੀ ਸੋਚ ਕੇ ਮੈਂ ਲੱਗੀ ਰਹੀ ਕਿਉਂਕਿ ਪਾਪਾ ਉਹਨਾਂ ਦੇ ਸੁਪਨੇ ਨੂੰ ਦੇਖ ਕੇ। ਅਤੇ ਜਦੋਂ ਮੇਰਾ ਮੈਡਲ ਆਇਆ ਤਾਂ ਉਸ ਟਾਈਮ ਜਦੋਂ ਫਲੈਗ ਇੰਡੀਆ ਦਾ ਉੱਪਰ ਜਾ ਰਿਹਾ ਸੀ, ਅਤੇ ਉਹ ਮੂਮੈਂਟ ਮੇਰੀ ਲਾਈਫ ਦਾ ਸਭ ਤੋਂ ਬੈਸਟ ਮੂਮੈਂਟ ਸੀ। ਅਤੇ ਮੈਂ ਜਦੋਂ ਮੈਡਲ ਲੈ ਰਹੀ ਸੀ ਤਾਂ ਮੈਨੂੰ ਮੇਰੀਆਂ ਅੱਖਾਂ 'ਚੋਂ ਅੱਥਰੂ ਆ ਰਹੇ ਸੀ, ਇਹ ਸੋਚ ਕੇ ਕਿ ਅੱਜ ਪਾਪਾ ਨੂੰ ਜੋ ਲੋਕ ਗੱਲਾਂ ਕਰਦੇ ਸੀ, ਅੱਜ ਜੋ ਪਾਪਾ ਨੂੰ ਵਧਾਈਆਂ ਦਿੰਦੇ ਹੋਣਗੇ, ਪਾਪਾ ਨੂੰ ਮਿਲਣ ਆਉਂਦੇ ਹੋਣਗੇ। ਅਤੇ ਸੇਮ ਉਹੀ ਮਾਹੌਲ ਸੀ ਜਦੋਂ ਮੈਂ ਇੰਡੀਆ ਵਾਪਸ ਆਈ, ਅਤੇ ਮੈਂ ਜਦੋਂ ਦੇਖਿਆ ਮੈਂ ਫਿਰ ਦੁਬਾਰਾ ਤੋਂ ਇਮੋਸ਼ਨਲ ਹੋ ਗਈ, ਕਿਉਂਕਿ ਜਦੋਂ ਪੂਰਾ ਪਿੰਡ ਜੋ ਤੁਹਾਨੂੰ ਗੱਲਾਂ ਕਰਦਾ ਹੋਵੇ, ਤੁਹਾਡੇ ਫਾਦਰ ਨੂੰ ਗੱਲਾਂ ਕਰਦਾ ਹੋਵੇ, ਫਿਰ ਉਹ ਸਭ ਲੋਕ ਹੀ ਤੁਹਾਨੂੰ ਆ ਕੇ ਮਿਲਣ, ਤੁਹਾਨੂੰ ਵਧਾਈਆਂ ਦੇਣ, ਤੁਹਾਡੇ ਗੱਲੇ ਮਿਲਣ, ਉਹ ਮੂਮੈਂਟ ਮੇਰੀ ਲਾਈਫ ਦਾ ਸਭ ਤੋਂ ਬੈਸਟ ਹੈ ਕਿ ਪਾਪਾ ਦਾ ਜੋ ਸੁਪਨਾ ਸੀ ਉਹਨੂੰ ਮੈਂ ਗਲਤ ਟਾਈਮ ਵੇਸਟ ਕਰਕੇ ਜਾਂ ਇੱਧਰ ਉੱਧਰ ਟਾਈਮ ਵੇਸਟ ਕਰਕੇ ਨਹੀਂ ਖਰਾਬ ਕੀਤਾ, ਕਿ ਪਾਪਾ ਨੇ ਜੋ ਲੋਕਾਂ ਦੀਆਂ ਗੱਲਾਂ ਸੁਣੀਆਂ ਸੀ ਉਹਦਾ ਮੈਂ ਫਲ ਪਾਪਾ ਨੂੰ ਵਾਪਸ ਕੀਤਾ, ਪੂਰਾ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਪਾਪਾ ਨੇ ਮੇਰਾ ਸਪੋਰਟ ਕੀਤਾ। ਇਸ ਤਰ੍ਹਾਂ ਹੀ ਮੈਂ ਪਾਪਾ ਦੇ ਜਦੋਂ ਆਈ ਕਰੇ ਤਾਂ ਸਾਰੇ ਲੋਕ ਪਾਪਾ ਨੂੰ ਮਿਲ ਰਹੇ ਸੀ, ਅਤੇ ਉਹ ਮੇਰੀ ਲਾਈਫ ਦਾ ਸਭ ਤੋਂ ਬੈਸਟ ਮੂਮੈਂਟ ਸੀ। ਪਾਪਾ ਨੇ ਤੁਹਾਨੂੰ ਕੀ ਕਿਹਾ? ਇੱਕ ਅਲੱਗ ਚਮਕ ਸੀ ਉਹਨਾਂ ਦੀਆਂ ਅੱਖਾਂ 'ਚ, ਜੋ ਮੈਂ ਦੇਖਣ ਨੂੰ ਤਰਸਦੀ ਸੀਗੀ, ਇੱਕ ਵਾਰੀ ਉਹ ਚਮਕ ਮੈਂ ਵੇਖਾਂ, ਉਹਨਾਂ ਨੂੰ ਫੀਲ ਹੋਵੇ ਕਿ ਹਾਂ ਮੇਰੀ ਬੇਟੀ ਨੇ ਮੇਰਾ ਨਾਮ ਵਧਾਇਆ, ਮੈਨੂੰ ਲੋਕਾਂ ਸਾਹਮਣੇ ਇੱਕ ਸਿਰ ਉੱਚਾ ਕਰਕੇ ਖੜਾ ਕੀਤਾ ਹੈ, ਅਤੇ ਉਹ ਖੁਸ਼ੀ ਦੇਖ ਕੇ ਹੋਰ ਵੀ ਸੁਪਨੇ ਜ਼ਿਆਦਾ ਹੋ ਜਾਂਦੇ ਨੇ ਬੰਦੇ ਦੇ, ਇਨਸਾਨ ਦੇ। ਅਤੇ ਇਸੇ ਤਰ੍ਹਾਂ ਮੇਰਾ ਉਸ ਦਿਨ ਮੈਂ ਸੋਚਿਆ ਕਿ ਅੱਜ ਏਸ਼ੀਆ ਦੀ ਮੈਂ ਫਸਟ ਵੀਮੈਨ ਬਣੀ ਹਾਂ ਜਿਹਨੇ ਇੰਡੀਆ ਲਈ ਗੋਲਡ ਜਿੱਤਿਆ ਹੈ, ਅਗਰ ਮੈਂ ਓਲੰਪਿਕ 'ਚ ਮੈਡਲ ਲੈ ਕੇ ਆਵਾਂਗੀ ਤਾਂ ਪਾਪਾ ਦੇ ਉਹ ਜੋ ਇੱਕ ਲੋਕਾਂ ਸਾਹਮਣੇ ਖੜ੍ਹੇ ਹੋਣ ਦਾ ਜੋ ਇੱਕ ਅਲੱਖਰਾ ਸਰੂਰ ਅੱਖਰਾ ਟੌਰ ਹੋਏਗਾ, ਉਹ ਮੈਂ ਦੇਖਣਾ ਚਾਹੁੰਦੀ ਹਾਂ, ਇਸ ਲਈ ਮੈਂ ਹੁਣ ਅੱਗੇ ਵੀ ਆਪਣੀ ਉਸੇ ਤਰ੍ਹਾਂ ਮਿਹਨਤ ਕਰਾਂਗੀ। ਬਿਲਕੁਲ ਜੀ, ਅਤੇ ਸਾਡੇ ਸਾਰਿਆਂ ਦੀ ਬੈਸਟ ਵਿਸ਼ਸ ਤੁਹਾਡੇ ਨਾਲ ਨੇ। ਨਵਜੋਤ ਕੌਰ ਜਿਸ 'ਤੇ ਪੂਰੇ ਭਾਰਤ ਨੂੰ ਗਰਵ ਹੈ, ਇਹਨਾਂ ਨਾਲ ਗੱਲਾਂ ਜਾਰੀ ਰੱਖਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਤੇ ਇੱਕ ਉਸ ਜਗ੍ਹਾ 'ਤੇ ਖੜ੍ਹੇ ਹੋ ਕੇ ਫਸਟ ਨੰਬਰ 'ਤੇ ਤੁਸੀਂ ਖੜ੍ਹੇ ਹੋਣਾ ਵਾ, ਉਹ ਜਨ ਗਣ ਮਨ ਵਜਣਾ, ਤੁਹਾਡੇ ਸਾਹਮਣੇ ਤੁਹਾਡਾ ਫਲੈਗ ਜਾਣਾ, ਉਹ ਜਿਹੜੀ ਚੀਜ਼ ਆ ਉਹ ਜਦੋਂ ਮਾਇੰਡ 'ਚ ਆਉਂਦੀ ਆ ਨਾ, ਉਦੋਂ ਸੱਟਾਂ ਨੂੰ ਹੀ ਥੋੜ੍ਹਾ ਭੁੱਲ ਜਾਂਦੇ ਹਾਂ। ਉਹੀ ਸੋਚ ਕੇ ਕਿ ਮੈਂ ਇੰਡੀਆ ਦਾ ਜਿਹੜਾ ਫਲੈਗ ਉਹਨੂੰ ਨੰਬਰ 1 ਲੈ ਕੇ ਜਾਣਾ। ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਿਰਜਣਹਾਰੀ 2018 ਵਿੱਚ, ਕੋ-ਪ੍ਰੈਜ਼ੈਂਟਡ ਬਾਈ ਕੋਲਗੇਟ ਐਂਡ ਪਾਵਰਡ ਬਾਈ ਪ੍ਰੈਗਾ ਨਿਊਜ਼। ਮਾਂ ਬਣਨੇ ਕਾ ਅਹਿਸਾਸ ਹੋਤਾ ਹੈ ਬਹੁਤ ਖਾਸ। ਮੈਨੂੰ ਇਹ ਗੱਲ ਦੱਸੋ ਕਿ ਪਿੰਡ 'ਚ ਅਖਾੜੇ 'ਚ ਕਿੱਥੇ ਕਰਦੇ ਸੀ ਤੁਸੀਂ ਤਿਆਰੀਆਂ ਆਪਣੀਆਂ? ਸਟਾਰਟਿੰਗ 'ਚ ਜਿਸ ਤਰ੍ਹਾਂ ਮੇਰੇ ਜੋ ਕੋਚ ਨੇ ਅਸ਼ੋਕ ਕੁਮਾਰ ਜੀ ਅਤੇ ਮੇਰੇ ਸਿਸਟਰ ਕਰਦੇ ਰਹੇ ਸੀ, ਮੈਂ ਉੱਥੇ ਹੀ ਕਰਦੀ ਰਹੀ ਹਾਂ। ਅਤੇ ਕਦੇ ਕਦੇ ਕੋਈ ਪ੍ਰੋਬਲਮ ਹੋ ਜਾਵੇ ਜਿਸ ਤਰ੍ਹਾਂ, ਕਿਉਂਕਿ ਬਹੁਤ ਘੱਟ ਗਰਲਸ ਨੂੰ ਸਪੋਰਟ ਕਰਦੇ ਨੇ ਲੋਕ, ਜਿਸ ਤਰ੍ਹਾਂ ਸਾਡਾ ਸੈਂਟਰ ਵੀ ਬਹੁਤ ਘੱਟ ਲੜਕੀਆਂ ਦਾ ਹੀ ਹੈ, ਬਹੁਤ ਘੱਟ ਲੜਕੀਆਂ ਉੱਥੇ ਆਉਂਦੀਆਂ ਨੇ ਰੈਸਲਿੰਗ ਕਰਨ। ਅਤੇ ਜਿਸ ਤਰ੍ਹਾਂ ਕਈ ਵਾਰ
ਸੈਂਟਰ ਨਾ ਹੋਣ ਕਰਕੇ ਥੋੜ੍ਹੀ ਇਸ਼ੂਜ਼ ਵੀ ਆ ਜਾਂਦੇ ਆ ਅਤੇ ਫਿਰ ਹੋ ਸਕਦਾ ਘਰ ਵੀ ਕਰਨੀ ਪੈ ਜਾਵੇ। ਕੀ ਵੱਖਰਾ ਲੱਗਿਆ ਅਖਾੜੇ 'ਚ ਤਿਆਰੀ ਕਰਨਾ ਅਤੇ ਫਿਰ ਜਦ ਤੁਸੀਂ ਇੰਟਰਨੈਸ਼ਨਲ ਸਤਰ 'ਤੇ ਪਹੁੰਚੇ ਉੱਥੇ ਜਾ ਕੇ ਤਿਆਰੀ ਕਰਨਾ? ਦੇਖੋ ਅਖਾੜੇ 'ਚ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਮੇਰੇ ਪੰਜਾਬ ਦੀਆਂ ਲੜਕੀਆਂ ਜਾਂ ਤਰਨ ਤਾਰਨ ਦੀਆਂ ਲੜਕੀਆਂ, ਤਰਨ ਤਾਰਨ ਛੋਟਾ ਜਿਹਾ ਡਿਸਟ੍ਰਿਕਟ ਹੈ, ਉਹਦੇ ਵਿੱਚ ਬਹੁਤ ਘੱਟ ਲੜਕੀਆਂ ਹੀ ਕਰਦੀਆਂ ਸੀ। ਅਤੇ ਜਦੋਂ ਮੈਂ ਫਸਟ ਟਾਈਮ ਕੈਂਪ ਦੇ ਵਿੱਚ ਗਈ ਉੱਥੇ ਜਾ ਕੇ ਜਿਸ ਤਰ੍ਹਾਂ ਮੈਂ ਫੋਗਾਟ ਸਿਸਟਰ ਤਾਂ ਤੁਸੀਂ ਨਾਮ ਸੁਣਿਆ ਹੀ ਹੈ, ਅਤੇ ਫੋਗਾਟ ਸਿਸਟਰ ਉਹਨਾਂ ਦੇ ਨਾਲ ਟ੍ਰੇਨਿੰਗ ਕਰਦੀ ਹਾਂ, ਸਾਕਸ਼ੀ ਮਲਿਕ ਨਾਲ ਟ੍ਰੇਨਿੰਗ ਕਰਦੀ ਹਾਂ, ਅਤੇ ਕਾਫੀ ਇੰਟਰਨੈਸ਼ਨਲ ਕੋਚ ਜੋ ਕੁਲਦੀਪ ਕੋਚ ਨੇ ਸਾਡੇ, ਉਹ ਸਾਡੇ ਚੀਫ ਕੋਚ ਨੇ, ਉਹਨਾਂ ਦੀ ਟ੍ਰੇਨਿੰਗ ਜਦੋਂ ਮੈਂ ਉੱਥੇ ਲਈ ਤਾਂ ਮੈਨੂੰ ਕਾਫੀ ਵਧੀਆ ਵੀ ਲੱਗਾ, ਕਿਉਂਕਿ ਇੱਕ ਪੂਰੇ ਇੰਡੀਆ ਦੀਆਂ ਲੜਕੀਆਂ ਨਾਲ ਟ੍ਰੇਨਿੰਗ ਕਰਨਾ ਉਹ ਇੱਕ ਅਲੱਗ ਐਕਸਪੀਰੀਅੰਸ ਆ, ਕਿਉਂਕਿ ਉਹਦੇ ਵਿੱਚ ਸਾਨੂੰ ਹੋਰ ਕੁਝ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅੱਛਾ, ਤੁਹਾਨੂੰ ਕੀ ਲੱਗਦਾ ਹੈ ਕਿ ਕੁੜੀਆਂ ਇਸ ਸਪੋਰਟਸ 'ਚ ਘੱਟ ਕਿਉਂ ਨੇ, ਰੈਸਲਿੰਗ 'ਚ ਕਿਉਂ ਨਹੀਂ ਆਉਂਦੀਆਂ? ਸ਼ੁਰੂ ਤੋਂ ਹੀ ਸੋਚ ਰਹੀ ਹੈ ਕਿ ਪਹਿਲਵਾਨੀ ਗੇਮ ਤਾਂ ਸਿਰਫ ਬੋਇਜ਼ ਕਰ ਸਕਦੇ ਨੇ, ਫਿਰ ਜਿਸ ਤਰ੍ਹਾਂ ਹਰਿਆਣੇ 'ਚ ਸ਼ੁਰੂ ਹੋਈ ਹੌਲੀ ਹੌਲੀ ਲੋਕਾਂ ਦੀ ਸੋਚ ਬਦਲੀ, ਪਰ ਸਾਡੇ ਪੰਜਾਬ ਦੀ ਅਜੇ ਵੀ ਸੋਚ ਕਾਫੀ ਪਿੱਛੇ ਹੈ, ਕਿਉਂਕਿ ਬਹੁਤ ਘੱਟ ਲੜਕੀਆਂ ਰੈਸਲਿੰਗ 'ਚ ਆਉਂਦੀਆਂ ਨੇ। ਮੈਂ ਕੈਂਪ ਦੇ ਵਿੱਚ ਰਹਿੰਦੀ ਹਾਂ, ਇੰਡੀਆ ਕੈਂਪ ਪੂਰੇ, ਅਤੇ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਲੜਕੀਆਂ ਹੁੰਦੀਆਂ ਨੇ, ਮੰਨ ਲਓ ਕਿ 50 ਲੜਕੀਆਂ ਦਾ ਕੈਂਪ ਹੈ ਅਤੇ 40 ਲੜਕੀਆਂ ਹਰਿਆਣਾ ਦੀਆਂ ਹੋਣਗੀਆਂ, ਅਤੇ ਬਲਕਿ ਪੰਜਾਬ ਦੀਆਂ 1-2, ਅਤੇ ਪੰਜਾਬ ਕਾਫੀ ਪਿੱਛੇ ਹੈ। ਸਿਰਫ ਇੱਕ ਤਾਂ ਫੈਮਿਲੀ ਦੀ ਸਪੋਰਟ ਨਹੀਂ ਹੈ, ਕਿਉਂਕਿ ਫੈਮਿਲੀ ਸੋਚਦੀ ਹੈ ਰੈਸਲਿੰਗ, ਬੇਟੀ ਕਹਿੰਦੀ ਹੈ ਕਿ ਮੈਂ ਰੈਸਲਿੰਗ ਕਰਨੀ, ਉਹ ਨਹੀਂ ਨਹੀਂ ਰੈਸਲਿੰਗ ਨਹੀਂ ਕਰਾਉਣੀ ਤੈਨੂੰ, ਤੂੰ ਪੜ੍ਹ ਲਿਖ ਲੈ ਜਾਂ ਹੋਰ ਕੋਈ ਗੇਮ ਚੂਜ਼ ਕਰ ਲੈ, ਰੈਸਲਿੰਗ ਨਹੀਂ। ਅਤੇ ਫਿਰ ਉੱਪਰੋਂ ਜੇ ਫੈਮਿਲੀ ਕਰਾਉਣਾ ਸ਼ੁਰੂ ਕਰਦੀ ਹੈ ਅਤੇ ਫਿਰ ਆਂਢੀ ਗੁਆਂਢੀ ਜਾਂ ਪਿੰਡ ਵਾਲੇ ਮਾਂ ਪਿਓ ਨੂੰ ਕਹਿੰਦੇ ਵੀ ਯਾਰ ਕਿੱਥੇ ਪਾ ਤਾ ਜੀ, ਇਹ ਤਾਂ ਤੇਰੀ ਕੁੜੀ ਨੂੰ ਤਾਂ ਮੁੰਡਾ ਵੀ ਨਹੀਂ ਲੱਭਣਾ ਚੱਜ ਦਾ ਕੋਈ। ਇਹ ਕਿਉਂ ਕਹਿੰਦੇ? ਮੈਂ ਸਵਾਲ ਤੁਹਾਡੇ ਤੋਂ ਅਗਲਾ ਹੀ ਪੁੱਛਣਾ ਸੀ ਕਿ ਕਿਉਂ ਲੱਗਦਾ ਕਿ ਕੋਈ ਕੁੜੀ ਰੈਸਲਿੰਗ ਕਰਦੀ ਹੈ ਤਾਂ ਉਹਨੂੰ ਮੁੰਡਾ ਨਹੀਂ ਮਿਲੇਗਾ? ਇੱਕ ਤਾਂ ਇੰਜਰੀ ਬਹੁਤ ਜ਼ਿਆਦਾ ਹੁੰਦੀਆਂ ਨੇ ਕਿ ਸੱਟ ਲੱਗ ਜਾਂਦੀਆਂ ਨੇ, ਪਤਾ ਨਹੀਂ ਕਦੋਂ ਸੱਟ ਲੱਗ ਜਾਣੀ, ਕਦੋਂ ਕੀ ਪ੍ਰੋਬਲਮ ਹੋ ਜਾਣੀ ਹੈ। ਇੱਕ ਸਾਡੇ ਗਰਲਸ ਦੇ ਕੰਨ ਟੁੱਟ ਜਾਂਦੇ ਨੇ, ਅਤੇ ਕੰਨ ਟੁੱਟ ਕੇ ਉਹ ਪਹਿਲਵਾਨਾਂ ਦੇ ਜਿਸ ਤਰ੍ਹਾਂ ਕੰਨ ਫੁੱਲ ਜਾਂਦੇ ਨੇ, ਸਭ ਤੋਂ ਵੱਡਾ ਡਰ ਤਾਂ ਇਹੀ ਹੁੰਦਾ ਫੈਮਿਲੀ ਨੂੰ ਕਿ ਯਾਰ ਕੰਨ ਟੁੱਟ ਗਏ ਆ, ਉਹਨਾਂ ਵਿਆਹ ਨਹੀਂ ਕਰਨਾ ਕਹਿਣਾ ਵਾ, ਕੁੜੀ ਦੇ ਤਾਂ ਕੰਨ ਟੁੱਟੇ ਆ। ਹੁਣ ਮੇਰੇ ਵੀ ਕੰਨ ਟੁੱਟੇ ਆ, ਪਰ ਮੇਰੇ ਫਾਦਰ ਸਾਹਿਬ ਨੇ ਕਦੇ ਇੱਦਾਂ ਨਹੀਂ ਕਿਹਾ। ਤੁਹਾਡੇ ਕੰਨ ਟੁੱਟੇ? ਹਾਂਜੀ ਥੋੜ੍ਹੇ ਥੋੜ੍ਹੇ, ਪਰ ਮੇਰੇ ਕਾਫੀ ਹੱਦ ਤੱਕ ਠੀਕ ਨੇ। ਬਹੁਤ ਲੜਕੀਆਂ ਦੇ ਬਿਲਕੁਲ ਇੱਦਾਂ ਫੁੱਲ ਕੇ ਬਾਹਰ ਆ ਜਾਂਦੇ ਨੇ, ਅਤੇ ਉਹਦੇ ਵਿੱਚ ਫਿਰ ਹੋ ਜਾਂਦਾ ਵੈਸੇ। ਇਸ ਸੱਟਾਂ ਤੋਂ ਤੁਸੀਂ ਕਿਵੇਂ ਉਭਰਦੇ ਹੋ? ਸੱਟਾਂ ਤੋਂ, ਦੇਖੋ ਸੱਟਾਂ ਤੋਂ ਉਭਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਵਾ, ਕਿਉਂਕਿ ਦਰਦ ਤਾਂ ਦਰਦ ਹੀ ਹੁੰਦਾ, ਸੱਟ ਲੱਗਣਾ ਤਾਂ ਸੱਟ ਲੱਗਣਾ ਹੀ ਹੁੰਦਾ, ਉਸ ਤੋਂ ਕਿਵੇਂ ਉਭਰਦੇ? ਸੱਟ ਜਦੋਂ ਲੱਗਦੀ ਹੈ ਦਰਦ ਤਾਂ ਬਹੁਤ ਹੁੰਦਾ ਹੈ, ਪਰ ਇੱਕ ਇੰਡੀਆ ਦਾ ਫਲੈਗ ਦੇਖਦੇ ਹਾਂ ਅਸੀਂ, ਸਾਡੇ ਦਿਨ ਰਾਤ ਮਨ 'ਚ ਇੱਕ ਇੰਡੀਆ ਦਾ ਫਲੈਗ ਹੁੰਦਾ, ਇੱਕ ਜਨਗਨ ਮਨ, ਜੋ ਜਦੋਂ ਅਸੀਂ ਸੁਣਦੇ ਹਾਂ ਉਦੋਂ ਹੀ ਸਾਡੇ, ਤੁਸੀਂ ਆਪਾਂ ਆਮ ਲੋਕ ਵੀ ਜਦੋਂ ਜਨਗਨ ਮਨ ਕਦੀ ਗਾਉਂਦੇ ਹਾਂ ਤਾਂ ਆਪਣੇ ਰੂਹ ਕੰਢੇ ਖੜ੍ਹੇ ਹੋ ਜਾਂਦੇ ਨੇ, ਅਤੇ ਇੱਕ ਉਸ ਜਗ੍ਹਾ 'ਤੇ ਖੜ੍ਹੇ ਹੋ ਕੇ ਫਸਟ ਨੰਬਰ 'ਤੇ ਤੁਸੀਂ ਖੜ੍ਹੇ ਹੋਣਾ ਵਾ, ਉਹ ਜਨਗਨ ਮਨ ਵੱਜਣਾ ਤੁਹਾਡੇ ਸਾਹਮਣੇ, ਤੁਹਾਡਾ ਫਲੈਗ ਜਾਣਾ, ਉਹ ਜਿਹੜੀ ਚੀਜ਼ ਆ ਉਹ ਜਦੋਂ ਮਾਇੰਡ 'ਚ ਆਉਂਦੀ ਹੈ ਨਾ, ਉਦੋਂ ਸੱਟਾਂ ਨੂੰ ਅਸੀਂ ਥੋੜ੍ਹਾ ਭੁੱਲ ਜਾਂਦੇ ਹਾਂ। ਉਹੀ ਸੋਚ ਕੇ ਕਿ ਮੈਂ ਇੰਡੀਆ ਦਾ ਜਿਹੜਾ ਫਲੈਗ ਉਹਨੂੰ ਨੰਬਰ 1 ਲੈ ਕੇ ਜਾਣਾ, ਅਤੇ ਉਹੀ ਸੋਚ ਕੇ ਅਸੀਂ ਫਿਰ ਹੌਲੀ ਹੌਲੀ ਇੰਜਰੀ ਦਾ ਜਿੱਦਾਂ ਐਕਸਰਸਾਈਜ਼ ਕਰਦੇ ਹਾਂ, ਫਿਰ ਉੱਭਰਦੇ ਹਾਂ ਉਹਦੇ ਤੋਂ, ਫਿਰ ਉਹੀ ਉਸੇ ਲਾਈਨ 'ਤੇ ਆ ਜਾਂਦੇ ਹਾਂ ਜੋ ਪਹਿਲਾਂ ਤੋਂ ਛੁੱਟੀ ਹੁੰਦੀ ਹੈ ਕਿ ਦਿਨ ਰਾਤ ਮਿਹਨਤ ਕਰਨੀ ਹੈ, ਇੰਡੀਆ ਦਾ ਫਲੈਗ ਨੰਬਰ 1 ਜਾਣਾ ਚਾਹੀਦਾ, ਉਹ ਜਨਗਨ ਮਨ ਜ਼ਰੂਰ ਵਜਾਉਣਾ ਹੈ, ਕਿਉਂਕਿ ਉਹ ਸਾਡੇ ਲਈ ਸਭ ਤੋਂ ਬੈਸਟ ਹੈ। ਤੁਸੀਂ ਬਹੁਤ ਟਫ ਲੱਗਦੇ ਹੋ, ਬਹੁਤ ਸਟਰੋਂਗ ਲੱਗਦੇ ਹੋ। ਇੱਕ ਚੀਜ਼ ਤੁਹਾਡੀ ਜਿਹੜੀ ਕਿ ਬਹੁਤ ਸੌਫਟ ਹੈ, ਜੋ ਬਹੁਤ ਜੋ ਕਹਿੰਦੇ ਨਾ ਨਜ਼ਾਕਤ ਵਾਲੀ ਹੈ, ਉਹ ਅਸਲੀ ਨਵਜੋਤ ਅੰਦਰ। ਮੈਂ ਥੋੜ੍ਹੀ ਇਮੋਸ਼ਨਲ ਜਲਦੀ ਹੋ ਜਾਂਦੀ ਹਾਂ, ਕੋਈ ਮੈਨੂੰ ਪਿਆਰ ਨਾਲ ਕੋਈ ਗੱਲ ਕਵੇ ਤਾਂ ਮੈਂ ਛੇਤੀ ਮੰਨ ਜਾਂਦੀ ਹਾਂ, ਕਿਉਂਕਿ ਮੇਰਾ ਦਿਲ ਬਹੁਤ ਸੌਫਟ ਹੈ, ਮੈਂ ਕਿਸੇ ਨੂੰ ਦੁਖੀ ਨਹੀਂ ਦੇਖ ਸਕਦੀ, ਅਤੇ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਸਾਰੇ ਮੈਨੂੰ ਪਿਆਰ ਨਾਲ ਕੋਈ ਵੀ ਗੱਲ ਬਣਾ ਸਕਦੇ ਨੇ। ਰੀਲੀ? ਇਹਨਾਂ ਤੋਂ ਕੁਛ ਬਣਵਾ ਲਾ, ਕੋਈ ਗਾਣਾ ਗੁਣਾ ਸੁਣਨਾ ਕਿਸੇ ਨੇ? ਤੁਹਾਡੇ ਸਿਸਟਰ ਬੈਠੇ ਨੇ ਨਾ ਇੱਥੇ? ਹਾਂਜੀ। ਇਹ ਜਿਹੜੀ ਵੱਡੀ ਭੈਣ ਦੀ ਗੱਲ ਕਰ ਰਹੇ ਨੇ ਉਹ ਤੁਸੀਂ ਹੋ? ਹਾਂਜੀ ਮੈਮ। ਅਤੇ ਕਿਸ ਤਰ੍ਹਾਂ ਲੱਗਿਆ ਜਾਂ ਤੁਹਾਡੇ ਸੁਪਨੇ 'ਚ ਇੱਕ ਬ੍ਰੇਕ ਪੈ ਗਈ ਕਿਉਂਕਿ ਤੁਹਾਨੂੰ ਸੱਟ ਲੱਗ ਗਈ ਸੀ? ਹਾਂਜੀ ਮੈਮ, ਉਸ ਟਾਈਮ ਬਹੁਤ ਦੁੱਖ ਹੋਇਆ ਸੀ। ਉਸ ਟਾਈਮ ਮੈਂ ਨਵਜੋਤ ਨੂੰ ਕਿਹਾ ਕਿ ਮੇਰਾ ਸੁਪਨਾ ਤੂੰ ਪੂਰਾ ਕਰਨਾ, ਇੱਕ ਰਾਤ ਮੈਂ ਇਹਨੂੰ ਬੁਲਾ ਕੇ ਕਿਹਾ ਸੀ, ਔਰ ਅਰਲੀ ਮੋਰਨਿੰਗ ਇਹ ਚਲੀ ਗਈ ਸੀ ਇਹਨੇ ਬਿਨਾਂ ਦੱਸੇ ਕਿਸੇ ਨੂੰ, ਚੁੱਪ ਕਚਾਪ ਸਾਈਕਲ 'ਤੇ ਗਈ ਔਰ ਇਹਨੇ ਪ੍ਰੈਕਟਿਸ ਕੀਤੀ, ਔਰ ਜਦੋਂ ਮੈਂ ਉੱਠੀ ਤਾਂ ਘਰ ਨਹੀਂ ਸੀ, ਫਿਰ ਮੰਮਾ ਨੂੰ ਮੈਂ ਪੁੱਛਿਆ ਅਤੇ ਮੰਮਾ ਦੇ ਉਹ ਚੁੱਪ ਚਾਪ ਹੀ ਚਲੀ ਗਈ ਅੱਜ ਪ੍ਰੈਕਟਿਸ ਕਰਨ, ਅਤੇ ਉਸ ਤੋਂ ਬਾਅਦ ਇਹਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ, ਮੇਰਾ ਅਤੇ ਮੇਰੇ ਪਾਪਾ ਦਾ ਸੁਪਨਾ ਪੂਰਾ ਕੀਤਾ ਇਹਨੇ। ਕਿਸ ਤਰ੍ਹਾਂ ਲੱਗਦਾ ਜਦੋਂ ਗੋਲਡ ਮੈਡਲ ਘਰ ਆਇਆ? ਮੈਮ ਮੈਨੂੰ ਸ਼ਬਦ ਇੰਨੇ ਮੇਰੇ ਕੋਲ ਹੈ ਹੀ ਨਹੀਂ ਆ ਕਿ ਮੈਂ ਆਪਣੀ ਸਿਸਟਰ ਨੂੰ ਜਿੰਨਾ ਮੈਨੂੰ ਇੱਥੇ ਪ੍ਰਾਊਡ ਆ, ਔਰ ਜਿਸ ਦਿਨ ਉਹ ਮੈਡਲ ਆਇਆ ਸੀ ਮੈਂ ਖੁਦ ਵੀ ਬਹੁਤ ਰੋਈ ਸੀ, ਅਤੇ ਉਹ ਗੇਮ ਮੇਰਾ ਸੁਪਨਾ ਇਹਨੇ ਪੂਰਾ ਕੀਤਾ ਸੀ। ਤੁਹਾਡੇ ਨਾਲ ਹੋਰ ਕੌਣ ਆਏ ਨੇ? ਹਾਂਜੀ ਮੈਮ, ਸਟੂਡੈਂਟਸ ਆ, ਇਹ ਤੁਹਾਡੇ ਪਾਪਾ ਵੀ ਆਏ ਨੇ? ਹਾਂਜੀ।
ਕਿਸ ਤਰ੍ਹਾਂ ਲੱਗਦਾ ਜੀ ਸੁਪਨੇ ਤੁਹਾਡੇ ਪੂਰੇ ਹੋਏ? ਬਹੁਤ ਵਧੀਆ ਸੁਪਨੇ ਪੂਰੇ ਹੋਏ ਜੀ, ਜਿਹੜੀ ਆਸ ਹੈ ਪੂਰੀ ਕੀਤੀ ਹੈ ਨਾ। ਮੈਂ ਗੱਲ ਜਾਣਨਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਹਲੇ ਦੱਸਿਆ ਨਵਜੋਤ ਨੇ ਕਿ ਬਹੁਤ ਸਾਰੇ ਲੋਕ ਕਹਿੰਦੇ ਕਿ ਕਿੱਥੇ ਆਪਣੀ ਕੁੜੀ ਨੂੰ ਭੇਜ ਰਹੇ ਹੋ, ਇਹ ਕੁੜੀਆਂ ਦਾ ਕੰਮ ਨਹੀਂ ਹੈਗਾ, ਤੁਹਾਨੂੰ ਕਦੇ ਇੱਕ ਵਾਰ ਵੀ ਜ਼ਹਿਨ 'ਚ ਇਹ ਨਹੀਂ ਲੱਗਿਆ ਕਿ ਮੈਂ ਸ਼ਾਇਦ ਗਲਤ ਕਰ ਰਿਹਾ ਜਾਂ ਲੋਕ ਕੀ ਕਹਿਣਗੇ? ਜਾਂ ਨਹੀਂ ਜੀ, ਕੋਈ ਵੀ ਕਦੀ ਨਹੀਂ ਹੋਇਆ, ਮੈਨੂੰ ਮਾਣ ਹੀ ਇਹਨਾਂ 'ਤੇ ਵੀ ਇਹਨਾਂ ਨੇ ਕੋਈ ਗਲਤ ਕੰਮ ਨਹੀਂ ਕਰਨਾ, ਅਤੇ ਮੈਨੂੰ ਖੁਸ਼ੀ ਸੀ। ਮੈਂ ਨਹੀਂ ਕੋਈ ਗੱਲ ਨਹੀਂ, ਜਾਓ ਤੁਸੀਂ ਖੇਡੋ, ਕੋਈ ਗੱਲ ਨਹੀਂ। ਅਤੇ ਅੱਜ ਕਿਵੇਂ ਲੱਗੋ ਜਿਹੜੀ ਅੱਖ ਦੀ ਚਮਕ ਦੀ ਗੱਲ ਕਰ ਰਹੇ? ਤਾਂ ਬਹੁਤ ਖੁਸ਼ੀ ਜੀ, ਬਹੁਤ ਜ਼ਿਆਦਾ ਖੁਸ਼ੀ ਜੀ। ਕਦੇ ਕੁਸ਼ਤੀ ਕੀਤੀ ਆਪਣੀ ਬੇਟੀ ਨਾਲ? ਨਹੀਂ, ਕੁਸ਼ਤੀ ਤਾਂ ਕੀ ਕਰਨੀ। ਹਾਂਜੀ, ਕੁਸ਼ਤੀ ਤਾਂ ਕੀ ਕਰਨੀ, ਪਹਿਲਾਂ ਮੈਂ ਆਪ ਖੇਡਦਾ ਰਿਹਾ ਛੋਟੇ ਹੁੰਦੇ। ਇਸੇ ਲਈ ਪੁੱਛ ਰਹੀ ਹਾਂ ਕਿਉਂਕਿ ਤੁਸੀਂ ਆਪ ਖੇਡਦੇ ਰਹੇ ਹੋ। ਕਦੇ ਲਾਇਆ ਕੋਈ, ਕਦੇ ਹੋਇਆ, ਸਿਖਾਇਆ ਗੁਰੂ ਜੀ ਨੇ ਤੁਹਾਡੇ? ਪਾਪਾ ਹੈਲਪ ਬਹੁਤ ਕਰਦੇ ਨੇ ਜਦੋਂ ਮੈਂ ਇਕੱਲੀ ਹੋਵਾਂ ਜਾਂ ਘਰੇ ਪ੍ਰੈਕਟਿਸ ਕਰਨੀ ਹੋਵੇ, ਜੋ ਵੀ ਮੈਂ ਕਹਿੰਦੀ ਹਾਂ ਕਿ ਪਾਪਾ ਮੇਰੀ ਥੋੜ੍ਹੀ ਹੈਲਪ ਕਰਾਉਣੀ ਆ ਤੁਸੀਂ ਪ੍ਰੈਕਟਿਸ 'ਚ, ਜਿਸ ਤਰ੍ਹਾਂ ਕੋਈ ਵੀ ਐਕਸਰਸਾਈਜ਼ ਕਰਨੀ ਆ ਅਤੇ ਉਹਦੇ ਵਿੱਚ ਕਿਸੇ ਦੀ ਪਾਰਟਨਰ ਦੀ, ਫਿਰ ਪਾਪਾ ਮੇਰੀ ਹੈਲਪ ਜ਼ਰੂਰ ਕਰਦੇ ਆ। ਅਤੇ ਪਰ ਰੈਸਲਿੰਗ ਦੇ ਵਿੱਚ ਨਹੀਂ ਥੋੜ੍ਹਾ, ਕਿਉਂਕਿ ਹੁਣ ਏਜ ਦੇ ਹਿਸਾਬ ਨਾਲ ਥੋੜ੍ਹਾ ਧਿਆਨ ਰੱਖਣਾ ਪੈਂਦਾ ਕਿਉਂਕਿ ਇੰਜਰੀ ਦਾ ਤੁਹਾਨੂੰ ਪਤਾ ਹੀ ਹੈ ਕਿ ਪਤਾ ਨਹੀਂ ਕਦੋਂ ਹੋ ਜਾਵੇ। ਕਿੰਨਾ ਸੋਹਣਾ ਲੱਗਦਾ ਹੈ ਕਿ ਤੁਸੀਂ ਪੂਰੇ ਭਾਰਤ ਨੂੰ ਰਿਪ੍ਰੈਜੈਂਟ ਕਰ ਰਹੇ ਹੋ, ਉਹ ਝੰਡਾ ਤੁਹਾਡੇ ਆਸ ਪਾਸ ਹੈ, ਨੈਸ਼ਨਲ ਐਂਥਮ ਚੱਲ ਰਿਹਾ ਅਤੇ ਉਹ ਗੋਲਡਨ ਮੈਡਲ ਤੁਹਾਡਾ। ਹਾਊ ਬਿਊਟੀਫੁਲ ਇਜ਼ ਦੈਟ! ਅਤੇ ਸਾਨੂੰ ਤੁਹਾਡੇ 'ਤੇ ਕਿੰਨਾ 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 ਮਾਣ, ਵੀ ਆਰ ਸੋ ਪ੍ਰਾਊਡ ਆਫ ਯੂ। ਜੋ ਇਸ ਮੈਡਲ ਦੇ ਬਾਰੇ ਹੈ ਕਿ ਮੈਂ ਉਹ ਕਿਸੇ ਨੂੰ ਦੱਸ ਨਹੀਂ ਸਕਦੀ ਕਿ ਉਹ ਫੀਲਿੰਗ ਮੇਰੇ ਲਈ ਕਿੰਨੀ ਵਧੀਆ ਸੀ ਜਦੋਂ ਮੈਂ ਇਹ ਵੀਡੀਓ, ਜਦੋਂ ਵੀ ਮੈਂ ਦੇਖਦੀ ਹਾਂ ਮੈਂ ਰੋਣ ਲੱਗ ਪੈਂਦੀ ਹਾਂ, ਕਿਉਂਕਿ ਮੇਰੇ ਫੋਨ ਦੇ ਵਿੱਚ ਇਹ ਵੀਡੀਓ ਅਤੇ ਮੈਂ ਹਰ ਦਿਨ ਇਸ ਵੀਡੀਓ ਨੂੰ ਦੇਖਦੀ ਹਾਂ ਅਤੇ ਕਾਫੀ ਮੈਂ ਇਮੋਸ਼ਨਲ ਹੋ ਜਾਂਦੀ ਹਾਂ, ਕਿਉਂਕਿ ਮੇਰੇ ਪਾਪਾ ਦਾ ਸੁਪਨਾ ਪੂਰਾ ਹੋਇਆ ਸੀ ਉਸ ਦਿਨ। ਅਤੇ ਉਹ ਸਭ ਦੇਖ ਕੇ ਮੈਂ ਇਮੋਸ਼ਨਲ ਹੁੰਦੀ ਹਾਂ, ਕਿਉਂਕਿ ਮੇਰੇ ਪਾਪਾ ਦਿਖਦੇ ਨੇ, ਮੇਰੀ ਸਿਸਟਰ ਦਿਖਦੀ ਹੈ ਮੈਨੂੰ, ਉਹਨਾਂ ਲੋਕਾਂ ਦੀਆਂ ਗੱਲਾਂ ਜੋ ਮੈਨੂੰ ਕੀਤੀਆਂ, ਜੋ ਮੇਰੇ ਪਾਪਾ ਨੂੰ ਕੀਤੀਆਂ, ਅਤੇ ਉਹ ਸਭ ਦੇਖ ਕੇ ਮੈਂ ਕਾਫੀ ਦੁਖੀ ਵੀ ਹੋ ਜਾਂਦੀ ਕਿ ਲੋਕ ਕਿਉਂ ਨਹੀਂ ਸਪੋਰਟ ਕਰਦੇ ਲੜਕੀਆਂ ਨੂੰ, ਲੋਕ ਕਿਉਂ ਨਹੀਂ ਅੱਗੇ ਵਧਣ ਦਿੰਦੇ ਬੇਟੀਆਂ ਨੂੰ, ਕਿਉਂ ਬੇਟੀਆਂ ਨੂੰ ਇੱਕ ਘਰ 'ਚ ਬੰਦ ਕਰਕੇ ਰੱਖਣਾ ਚਾਹੁੰਦੇ ਨੇ ਕਿ ਇਹਨਾਂ ਦੀ ਮੈਰਿਜ ਕਰ ਦਿਉ, ਫੈਮਿਲੀ ਹੋ ਜਾਏਗੀ, ਘਰੇ ਕੰਮ ਕਰੇਗੀ। ਬੇਟੀਆਂ ਸਿਰਫ ਲੜਕੀਆਂ ਸਿਰਫ ਖਾਣਾ ਬਣਾਉਣ ਤੱਕ ਸੀਮਤ ਨਹੀਂ ਹੈ, ਘਰ ਦੇ ਕੰਮ ਕਰਨ ਤੱਕ ਸੀਮਤ ਨਹੀਂ ਹੈ, ਬੇਟੀਆਂ ਚੰਦ ਤੱਕ ਪਹੁੰਚ ਚੁੱਕੀਆਂ ਨੇ। ਜੇ ਸਾਕਸ਼ੀ ਮਲਿਕ ਓਲੰਪਿਕ 'ਚ ਮੈਡਲ ਲੈ ਸਕਦੀ ਹੈ, ਜਾਂ ਵਿਨੇਸ਼ ਫੋਗਾਟ ਏਸ਼ੀਅਨ ਗੇਮਸ ਦੀ ਗੋਲਡ ਮੈਡਲਿਸਟ ਹੋ ਸਕਦੀ ਹੈ, ਗੀਤਾ ਫੋਗਾਟ ਇੰਡੀਆ ਦੀ ਫਸਟ ਵਿਮਨ ਹੋ ਸਕਦੀ ਹੈ ਜਿਸਨੇ ਓਲੰਪਿਕ ਕੁਆਲੀਫਾਈ ਕੀਤਾ ਹੈ, ਨਵਜੋਤ ਏਸ਼ੀਆ ਦੀ ਫਸਟ ਗੋਲਡ ਮੈਡਲਿਸਟ ਲੜਕੀ ਹੋ ਸਕਦੀ ਹੈ, ਤਾਂ ਕਿਉਂ ਨਹੀਂ ਮੇਰੇ ਪਿੰਡ ਦੀਆਂ ਹੋਰ ਲੜਕੀਆਂ ਅੱਗੇ ਆਉਣ, ਜੋ ਆਪਣੇ ਪੈਰਾਂ 'ਤੇ ਖੜੀਆਂ ਹੋਣ, ਕਿਸੇ ਦੇ ਅੱਗੇ ਉਹਨਾਂ ਨੂੰ ਤਰਲੇ ਨਾ ਕਰਨੇ ਪੈਣ। ਇਸ ਲਈ ਮੈਂ ਮੇਰੇ ਨਾਲ ਮੇਰੇ ਪਿੰਡ ਦੀਆਂ ਕੁਛ ਲੜਕੀਆਂ ਆਈਆਂ ਨੇ ਅਤੇ ਇਸ ਲਈ ਮੈਂ ਉਹਨਾਂ ਦੀ ਸਪੋਰਟ ਕਰਦੀ ਹਾਂ, ਅਤੇ ਜਦੋਂ ਮੈਂ ਗੇਮ ਛੱਡਾਂਗੀ ਮੈਂ ਇੱਕ ਆਪਣੀ ਵਧੀਆ ਅਕੈਡਮੀ ਬਣਾ ਕੇ ਇੱਕ ਲੜਕੀਆਂ ਲਈ ਵਧੀਆ ਟ੍ਰੇਨਿੰਗ ਲਈ, ਕਿ ਉਹਨਾਂ ਨੂੰ ਕਿਤੇ ਦਰ ਬਦਰ ਭਟਕਣਾ ਨਾ ਪਵੇ ਮੇਰੀ ਤਰ੍ਹਾਂ, ਕਿ ਮੈਂ ਕਿੱਥੇ ਪ੍ਰੈਕਟਿਸ ਕਰਾਂ, ਮੈਂ ਕਿੱਦਾਂ ਟ੍ਰੇਨਿੂੰ ਕਰਾਂ। ਕੌਣ ਨੇ ਤੁਹਾਡੀਆਂ ਇੱਥੇ ਤੁਹਾਡੇ ਪਿੰਡ ਦੀਆਂ ਕੁੜੀਆਂ? ਅਤੇ ਹਾਂਜੀ, ਇੱਥੇ ਬੈਠੀਆਂ ਨੇ ਦੋ, ਹਾਂਜੀ, ਅਰਪਣ ਅਤੇ ਲਵਲੀਨ। ਅਰਪਣ, ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਲਵਲੀਨ ਕੌਰ ਹੈ, ਮੈਂ ਬੀ ਏ ਫਸਟ ਈਅਰ 'ਚ ਪੜ੍ਹਦੀ ਹਾਂ, ਮੈਨੂੰ 4 ਸਾਲ ਹੋ ਗਏ ਗੇਮ ਕਰਦੀ, ਅਤੇ ਮੈਂ ਨੈਸ਼ਨਲ ਮੈਡਲਿਸਟ ਹਾਂ। ਤੁਸੀਂ ਵੀ ਨੈਸ਼ਨਲ ਮੈਡਲਿਸਟ? ਹਾਂਜੀ। ਤੁਸੀਂ ਸੇਮ ਪਿੰਡ 'ਚੋਂ? ਹਾਂਜੀ, ਅਸੀਂ ਇੱਕ ਹੀ ਪਿੰਡ ਦੇ ਹਾਂ। ਇੱਕੋ ਪਿੰਡ ਦੀਆਂ ਕੁੜੀਆਂ ਨਾਂ ਰੋਸ਼ਨ ਕਰ ਰਹੀਆਂ, ਦੈਟਸ ਲਵਲੀ। ਅਤੇ ਕਿਸ ਤਰ੍ਹਾਂ ਤੁਸੀਂ ਸੋਚਿਆ ਕਿ ਤੁਸੀਂ ਰੈਸਲਿੰਗ ਕਰਨੀ ਹੈ, ਇਹਨਾਂ ਨੇ ਇੰਸਪਾਇਰ ਕੀਤਾ ਕਿ ਤੁਸੀਂ ਆਪਣੇ ਆਪ ਹੀ ਸੋਚਿਆ ਕਿ ਮੈਂ ਕਰਨਾ? ਹਾਂਜੀ, ਦੀਦੀ ਮਤਲਬ ਪ੍ਰੈਕਟਿਸ 'ਤੇ ਜਾਂਦੇ ਹੁੰਦੇ ਸੀ, ਅਤੇ ਮੇਰੇ ਪਰਿਵਾਰ ਵਾਲਿਆਂ ਨੂੰ ਵੀ ਬਹੁਤ ਵਧੀਆ ਲੱਗਦਾ ਸੀ ਜਿਹੜਾ ਦੀਦੀ ਪ੍ਰੈਕਟਿਸ 'ਤੇ ਜਾਂਦੇ, ਅਤੇ ਘਰਦਿਆਂ ਨੇ ਸੋਚਿਆ ਜੇ ਦੀਦੀ ਮਿਹਨਤ ਕਰ ਸਕਦੇ ਤਾਂ ਤੂੰ ਵੀ ਕਰ ਸਕਦੀ ਹਾਂ, ਅਤੇ ਤਦ ਕਰਕੇ ਫਿਰ ਮੈਨੂੰ ਗੇਮ 'ਚ ਪਾਇਆ ਰੈਸਲਿੰਗ। ਹਾਂਜੀ, ਅਸੀਂ ਪੂਰੀ ਹੋਪ ਕਰਾਂਗੇ ਕਿ ਤੁਸੀਂ ਵੀ ਖੂਬ ਸਾਰੇ ਮੈਡਲਸ ਲੈ ਕੇ ਭਾਰਤ ਦਾ ਨਾਮ ਰੋਸ਼ਨ ਕਰੋਗੇ। ਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਅਰਪਣਪ੍ਰੀਤ ਕੌਰ ਹੈ, ਮੈਂ +2 ਕਲਾਸ ਵਿੱਚ ਪੜ੍ਹਦੀ ਹਾਂ। ਕਿਵੇਂ ਸੋਚਿਆ ਕਿ ਤੂੰ ਰੈਸਲਿੰਗ 'ਚ ਆਉਣਾ? ਮੇਰੇ ਪਾਪਾ ਦਾ ਸੁਪਨਾ ਹੈ, ਅਤੇ ਕੁਝ ਦੀਦੀ ਵੱਲ ਦੇਖ ਕੇ ਵੀ ਹੋਇਆ ਕਿ ਮੈਂ ਵੀ ਵਧੀਆ ਮੈਡਲ ਲੈ ਕੇ ਆਉਣਾ ਇੰਡੀਆ ਵਾਸਤੇ, ਗੇਮ ਕਰਨੀ ਆ। ਅਤੇ ਪਾਪਾ ਨੇ ਕੀ ਕਿਹਾ ਕਿ ਤੁਸੀਂ ਰੈਸਲਿੰਗ ਕਰੋ? ਹਾਂਜੀ, ਉਹਨਾਂ ਨੂੰ ਕਿਉਂ ਲੱਗਿਆ ਕਿ ਤੁਸੀਂ ਰੈਸਲਿੰਗ ਕਰੋ? ਪਾਪਾ ਵੀ ਪਹਿਲਾਂ ਗੇਮ ਕਰਦੇ ਰਹੇ ਸੀਗੇ। ਤੁਹਾਡੀ ਲਾਈਫ ਬਹੁਤ ਸਿਮਿਲਰ ਹੈ। ਪਾਪਾ ਕਬੱਡੀ ਖੇਡਦੇ ਰਹੇ ਸੀਗੇ। ਆਲ ਦ ਬੈਸਟ। ਨਵਜੋਤ, ਤਹਿ ਦਿਲੋਂ ਸ਼ੁਕਰੀਆ ਤੁਸੀਂ ਅੱਜ ਸਾਡੇ ਨਾਲ ਆਏ, ਅਤੇ ਅਸੀਂ ਆਸ਼ਾ ਕਰਾਂਗੇ 2020 'ਚ ਵੀ ਤੁਸੀਂ ਬਹੁਤ ਨਾਂ ਕਮਾ ਕੇ ਆਓ, ਅਤੇ ਫਿਰ ਸਾਡੇ ਨਾਲ ਇੱਥੇ ਆਓ, ਅਤੇ ਹੋਰ ਵੱਡੇ ਵੱਡੇ ਪਲੈਟਫਾਰਮ 'ਚ ਤੁਸੀਂ ਜਾਓ। ਤਹਿ ਦਿਲੋਂ ਸ਼ੁਕਰੀਆ, ਥੈਂਕ ਯੂ ਫੋਰ ਕਮਿੰਗ।
ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਾਰੀ ਸਨਮਾਨ ਦੇ ਮਹਾਮੰਚ ਉੱਪਰ। ਨਾਮ ਹੈ ਜਿਸਦਾ ਸਿਰਜਣਹਾਰੀ 2018, co-presented by Colgate and powered by Prega News. ਮਾਂ ਬਣਨੇ ਕਾ ਅਹਿਸਾਸ ਹੋਤਾ ਹੈ ਬਹੁਤ ਖਾਸ। ਤੁਸੀਂ ਦੇਖਿਆ ਹੋਏਗਾ ਕਿਵੇਂ ਕਿੰਨੀਆਂ ਮੁਸ਼ਕਿਲਾਂ ਤੋਂ ਬਾਅਦ ਇੱਕ ਮੁਟਿਆਰ ਸਮਾਜ ਦੀ ਸੋਚ ਨੂੰ ਬਦਲ ਸਕੀ। ਹੁਣ ਤੁਹਾਨੂੰ ਲੱਗ ਰਿਹਾ ਹੋਏਗਾ ਕੁੜੀਆਂ ਵੀ ਰੈਸਲਿੰਗ ਦੇ ਰਿੰਗ ਵਿੱਚ ਉਤਰ ਸਕਦੀਆਂ ਨੇ ਅਤੇ ਦਿਖਾ ਸਕਦੀਆਂ ਨੇ ਆਪਣੀ ਤਾਕਤ। ਚਲੋ ਹੁਣ ਜ਼ਰਾ ਇਹ ਦੱਸੋ ਕਿ ਤੁਹਾਡੇ ਵਿੱਚੋਂ ਕੌਣ ਕੌਣ ਬਣਨਾ ਚਾਹੁੰਦੀ ਹੈ ਮੌਤ ਅਤੇ ਜ਼ਿੰਦਗੀ ਨਾਲ ਲੜਨ ਵਾਲੀ ਫ੍ਰੀ ਸਟਾਈਲ ਪ੍ਰੋਫੈਸ਼ਨਲ ਰੈਸਲਿੰਗ। ਜ਼ਰਾ ਇਹਨਾਂ ਲਈ ਬਹੁਤ ਹੀ ਜ਼ੋਰਦਾਰ ਤਾਲੀਆਂ ਵਜਾ ਦਿਓ। ਹਿੰਮਤ ਚਾਹੀਦੀ ਹੈ ਕਹਿਣ ਲਈ ਵੀ, ਪਲੀਜ਼ ਜ਼ਰਾ ਇੱਥੇ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆਪਣਾ? ਰੰਜਿਤਾ। ਰੰਜਿਤਾ ਜੀ, ਤੁਸੀਂ ਕਿਉਂ ਇਹ ਜੋਖਮ ਲੈਣ ਵਾਲੀ ਗੱਲ ਕੀਤੀ ਆ? ਮੈਨੂੰ ਨਹੀਂ ਲੱਗਦਾ ਕਿ ਡੇਂਜਰਸ ਸਪੋਰਟ ਜੋ ਹੁੰਦਾ ਹੈ ਉਹ ਸਿਰਫ ਲੜਕੋ ਕੇ ਲਈ ਹੁੰਦਾ ਹੈ। ਲੇਕਿਨ ਅਸੀਂ ਗੱਲ ਕਰ ਰਹੇ ਹਾਂ ਫ੍ਰੀ ਸਟਾਈਲ ਰੈਸਲਿੰਗ ਦੀ, ਜਿਹਦੇ ਚ ਨਾ ਪਤਾ ਤੁਹਾਨੂੰ ਕੀ ਹੁੰਦਾ ਨਾ, ਚੁੱਕ ਚੁੱਕ ਕੇ ਸੁੱਟਦੇ ਨੇ। ਪਤਾ ਹੈ? ਬਿਲਕੁਲ ਪਤਾ ਹੈ, ਮੈਂ WWE ਕੀ ਬਹੁਤ ਬੜੀ ਫੈਨ ਹਾਂ ਐਕਚੁਅਲੀ। ਨਵਜੋਤ, ਤੁਸੀਂ ਸਾਡੇ ਨਾਲ ਇੱਥੇ ਹੋ, ਜਜ਼ਬਾ ਇਹਨਾਂ ਦਾ ਬਹੁਤ ਪਿਆਰਾ ਹੈ, ਲੇਕਿਨ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਪ੍ਰੈਕਟੀਕਲ ਹੈਗਾ ਕਿ ਫ੍ਰੀ ਸਟਾਈਲ ਰੈਸਲਿੰਗ ਚ ਜੇ ਜਾਣਾ ਚਾਹੁੰਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਮੁਸ਼ਕਿਲ ਤਾਂ ਬਹੁਤ ਹੈ ਕਿਉਂਕਿ ਫ੍ਰੀ ਸਟਾਈਲ ਰੈਸਲਿੰਗ ਜੋ ਹੈ ਉਹ ਡੇਂਜਰਸ ਕਾਫੀ ਹੈ, ਕਿਉਂਕਿ ਤੁਹਾਡੀ ਵੱਲ ਗੱਲ ਸਹੀ ਹੈ ਕਿ ਚੇਅਰਸ ਵੀ ਮਾਰ ਦਿੰਦੇ ਨੇ, ਪਤਾ ਨਹੀਂ ਕਿੱਥੋਂ ਲੱਤ ਟੁੱਟ ਜਾਣੀ ਜਾਂ ਬਾਂਹ ਟੁੱਟ ਜਾਣੀ ਹੈ। ਬਟ ਜਿਸ ਹਿਸਾਬ ਨਾਲ ਇਹਨਾਂ ਦਾ ਜਜ਼ਬਾ ਹੈ, ਮੇਰੇ ਹਿਸਾਬ ਨਾਲ ਲੜਕੀਆਂ ਇੰਡੀਆ ਦੀਆਂ ਕੁਛ ਵੀ ਕਰ ਸਕਦੀਆਂ ਨੇ ਅਗਰ ਉਹ ਮਨ 'ਚ ਠਾਣ ਲੈਣ ਤਾਂ। ਫ੍ਰੀ ਸਟਾਈਲ ਰੈਸਲਿੰਗ ਅਗਰ ਇਹ ਠਾਣ ਲੈਣ ਬਿਲਕੁਲ ਕਿ ਮਨ 'ਚ ਕਿ ਮੈਂ ਕਰਨੀ ਹਾਂ, ਤਾਂ ਫਿਰ ਇਹਨਾਂ ਲਈ ਇਹ ਮੁਸ਼ਕਿਲ ਨਹੀਂ ਹੋਊਗੀ, ਇਹਨਾਂ ਨੂੰ ਬਹੁਤ ਈਜ਼ੀ ਲੱਗਣ ਲੱਗ ਜਾਊਗੀ। ਹੁਣ ਇੱਕ ਜਾਨਦਾਰ ਮੁਟਿਆਰ ਆ ਰਹੀ ਹੈ ਜਿਸਨੇ ਪ੍ਰੋਫੈਸ਼ਨਲ ਰੈਸਲਿੰਗ ਦੇ ਸ਼ੌਕ ਨੂੰ ਜਨੂੰਨ ਦੀ ਹੱਦ ਤੱਕ ਅਪਣਾਇਆ ਵੀ ਹੈ ਤੇ ਨਿਭਾਇਆ ਵੀ ਹੈ। ਆਓ ਵੇਖਦੇ ਹਾਂ ਕਿ ਵੀ ਪੰਜਾਬ ਦੀ ਇੱਕ ਸ਼ਾਨਦਾਰ ਤੇ ਜਾਨਦਾਰ ਬੇਟੀ ਦੇ ਦਿਲ ਵਿੱਚ ਸ਼ੁਰੂ ਤੋਂ ਹੀ ਇੱਕ ਹਸਰਤ ਸੀ ਕਿ ਕੁੜੀਆਂ ਨੂੰ ਨਾਜ਼ੁਕ ਤੇ ਡਰਪੋਕ ਸਮਝਣ ਵਾਲਿਆਂ ਨੂੰ ਦਿਖਾਉਣੀ ਹੈ ਔਰਤਾਂ ਦੀ ਅਥਾਹ ਤਾਕਤ ਤੇ ਆਪਣੇ ਟੀਚੇ ਨੂੰ ਹਾਸਲ ਕਰਨ ਲਈ। ਇਸ ਕੁੜੀ ਨੇ ਆਪਣੇ ਆਪ ਨੂੰ ਸਖਤ ਮਿਹਨਤ ਦੀ ਪੱਠੀ 'ਚ ਤਪਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਪਹੁੰਚ ਗਈ ਇੰਟਰਨੈਸ਼ਨਲ ਰੈਸਲਿੰਗ ਦੇ ਰਿੰਗ ਵਿੱਚ। ਬੀਬੀ ਬੁਲਬੁਲ, ਜਬ ਇਹਨੇ ਸਟਾਰਟ ਕੀਤਾ ਥਾ ਜਿਮ, ਤੋ ਇਨਕੋ ਦੇਖ ਕੇ ਐਸਾ ਲੱਗਤਾ ਨਹੀਂ ਥਾ ਕਿ ਇਹ ਜਿਮ ਕਰ ਪਾਏਗੀ। ਇਨਕੋ ਜਬ ਮੈਨੇ ਐਕਸਰਸਾਈਜ਼ ਸਟਾਰਟ ਕਰਵਾਈ ਇਨਕੋ, ਤੋ ਇੱਕ ਵਾਰ ਇਹ ਚੱਕਰ ਖਾ ਕੇ ਨੀਚੇ ਗਿਰ ਗਈ, ਤੋ ਇਨਕੋ ਦੇਖ ਕੇ ਐਸਾ ਲਗਾ ਬਈ ਇਨਕੋ ਜਿਮ ਕੀ ਨਹੀਂ ਹੋਸਪਿਟਲ ਕੀ ਜ਼ਰੂਰਤ ਹੈ। ਲੇਕਿਨ ਅੱਜ ਇਸਨੇ ਮੁਝੇ ਗਲਤ ਸਾਬਿਤ ਕੀਆ, ਮੁਝੇ ਇਸਕਾ ਟ੍ਰੇਨਰ ਹੋਣੇ ਪੇ ਕਾਫੀ ਗਰਵ ਹੈ। ਬਹੁਤ ਗਰਵ ਨਾਲ ਸਟੇਜ ਤੇ ਸੱਦਾ ਦੇਣਾ ਚਾਹੁੰਦੀ ਹਾਂ ਬੀਬੀ ਬੁਲਬੁਲ। ਬਿਲਕੁਲ, ਤੁਸੀਂ ਬੋਲਿਆ ਅੱਛਾ ਲੱਗਾ ਮੈਨੂੰ ਕਿ ਤੁਸੀਂ ਰੈਸਲਿੰਗ ਲਈ ਇੰਨਾ ਬੋਲ ਸਕਦੇ ਹੋ ਕਿ ਰੈਸਲਿੰਗ ਕਰਨੀ ਵੀ ਹੈ। ਖਾ ਕੇ ਜਾਓ, ਸਿਹਤ ਬਣਾਓ। ਮੈਂ ਥੋੜਾ ਹੱਥ ਠੀਕ ਕਰਨਾ ਆਪਣਾ, ਬਿਲਕੁਲ ਥੋੜਾ ਜਿਹਾ ਮਿਲਾਇਆ ਸੀ, ਥੋੜਾ ਜਿਹਾ ਹੀ ਮਿਲਾਇਆ, ਚੰਗਾ ਕੀਤਾ। ਇੱਕ ਵਾਰ ਹੋਰ ਪਿਆਰ ਨਾਲ ਜੀ, ਆਈ ਐਮ ਨੋਟ ਯੋਰ ਓਪੋਨੈਂਟ। ਜ਼ਿਆਦਾ ਪਿਆਰ ਤਾਂ ਨਹੀਂ ਹੋ ਗਿਆ? ਇੱਕ ਮਿੰਟ, ਮੇਰਾ ਇੱਕ ਸ਼ੌਕ ਪੂਰਾ ਕਰ ਦਿਓ ਤੇ ਮੈਨੂੰ ਜਿਤਾ ਵੀ ਦਿਓ ਪਲੀਜ਼। ਤਾਲੀਆਂ ਵਜਾ ਤਾਂ ਬਹੁਤ ਹਿੰਮਤ ਦੀ ਕੰਮ ਕਰ ਰਿਹਾ ਮੈਂ। ਹੋਰ ਜੋ
चलो दिखा दो दिखा दो। थैंक यू, बहुत चंगा लग रहा है तुसी आज साडे नाल इस स्टेज ते हो। ਤੇ ਇੱਕ ਬਹੁਤ ਸਿਕਿਉਰਿਟੀ ਦਾ ਅਹਿਸਾਸ ਹੋ ਰਿਹਾ ਕਿ ਜੇ ਤੁਸੀਂ ਨਾਲ ਖੜੇ ਹੋ ਨਾ ਤਾਂ ਕੁਛ ਵੀ ਗਲਤ ਨਹੀਂ ਹੋ ਸਕਦਾ। ਮੈਨੂੰ ਦੱਸੋ ਤੁਸੀਂ ਸ਼ੁਰੂਆਤ ਕਿਵੇਂ ਕੀਤੀ ਬੁਲਬੁਲ? ਇੱਕ ਤਾਂ ਬੁਲਬੁਲ ਬਹੁਤ ਪਿਆਰਾ ਨਾ ਹੈ ਅਤੇ ਬੁਲਬੁਲ ਬਿਲਕੁਲ ਮੈਚ ਨਹੀਂ ਕਰਦਾ ਤੁਹਾਡੇ ਪ੍ਰੋਫਾਈਲ ਨਾਲ, ਅਤੇ ਇਹ ਕਿਸ ਤਰ੍ਹਾਂ ਦੋ ਵੱਖਰੀ ਚੀਜ਼ਾਂ? ਇਸ ਤਰ੍ਹਾਂ ਜੀ, ਇਹ ਰੈਸਲਿੰਗ ਦਾ ਜਿਹੜਾ ਨਾਂ ਦਿੱਤਾ ਮੈਨੂੰ ਖਲੀ ਜੀ ਨੇ ਦਿੱਤਾ, ਬੀਬੀ ਬੁਲਬੁਲ। ਪਤਾ ਨਹੀਂ ਉਹਨਾਂ ਨੂੰ ਕੀ ਲੱਗਾ ਕਿ ਬੀਬੀ ਬੁਲਬੁਲ ਬੋਲਣਾ ਹੈ। ਬਹੁਤ ਸੋਹਣਾ ਨਾਂ ਹੈ, ਮਿਊਜ਼ੀਕਲ ਅੱਛਾ ਲੱਗਾ ਅਤੇ ਅੱਗੇ ਤੁਸੀਂ ਰੈਸਲਿੰਗ 'ਚ ਮੇਰਾ ਇਹਦੇ ਇਸ ਨਾਂ ਮੈਨੂੰ ਸਾਰੀ ਦੁਨੀਆ ਜਾਣਦੀ ਹੈ ਇਸ ਟਾਈਮ ਜੀ। ਸ਼ੁਰੂਆਤ ਕਿਵੇਂ ਕੀਤੀ, ਕਿਵੇਂ ਲੱਗਿਆ ਕਿ ਮੈਂ ਫ੍ਰੀ ਸਟਾਈਲ ਰੈਸਲਿੰਗ ਕਰਾਂਗੀ? ਬਚਪਨ ਤੋਂ ਹੀ ਇੱਕ ਸ਼ੌਕ ਸੀਗਾ ਜੀ ਕਿ ਰੈਸਲਿੰਗ ਕਰਨੀ ਹੈ, ਔਰ ਐਕਚੁਅਲੀ ਮੈਨੂੰ ਨਾ ਪਿਕਚਰਾਂ ਬੜੀਆਂ ਪਸੰਦ ਹੈ, ਧਰਮਿੰਦਰ ਦੀਆਂ, ਸੰਨੀ ਦਿਓਲ ਦੀਆਂ, ਤਾਂ ਇਸ ਤਰ੍ਹਾਂ ਹੀ ਫਾਈਟ ਕਰਨ ਦਾ ਸੁਪਨਾ ਸੀਗਾ। ਕਦੇ ਨਲਕਾ ਚੱਕ ਕੇ ਕੱਢ ਦਿੱਤਾ? ਬਹੁਤ ਵਾਰ ਜਿੱਦਾਂ ਪਾਈਪ ਵਗੈਰਾ ਤੋੜਤੇ, ਕਦੀ ਕੁਛ, ਮਤਲਬ ਕਿ ਇੱਦਾਂ ਦੇ ਕੰਮ ਕਰਦੀ ਰਹਿੰਦੀ ਸੀ ਛੋਟੇ ਹੁੰਦੇ। ਰਾਈਟ, ਤੁਹਾਡਾ ਇੱਕ ਵੈਸੇ ਵੀ ਔਰਾ ਹੈਗਾ ਇਸ ਤਰ੍ਹਾਂ ਦਾ ਜਿੱਥੇ ਕੋਈ ਦੇਖ ਕੇ ਕਹੇ ਵੀ ਜ਼ਰਾ ਸੰਭਲ ਕੇ ਰਹੋ, ਹੈ ਨਾ? ਹਮੇਸ਼ਾ ਇਸ ਤਰ੍ਹਾਂ ਸੀ? ਨਹੀਂ, ਪਹਿਲਾਂ ਇਸ ਤਰ੍ਹਾਂ ਸੀ ਕਿ ਗੇਮ ਦਾ ਸੁਪਨੇ ਸੀਗੇ ਦੇਖਦੇ, ਲੇਕਿਨ ਉਹ ਪੂਰੀ ਨਹੀਂ ਕਰ ਸਕਦੇ ਸੀ ਕਿਉਂਕਿ ਹਿੰਦੁਸਤਾਨ ਦੇ ਅੰਦਰ ਇਹ ਗੇਮ ਨਹੀਂ ਸੀ। ਕਰੈਕਟ। ਅਤੇ ਬਾਹਰ ਜਾ ਕੇ ਅਮੈਰੀਕਾ 'ਚ ਜਾਂ ਹੋਰ ਕਿਸੇ ਕੰਟਰੀ 'ਚ ਜਾ ਕੇ, ਜਪਾਨ ਵਗੈਰਾ 'ਚ ਜਾ ਕੇ ਮੇਰੀ ਇਤਨੀ ਹੈਸੀਅਤ ਨਹੀਂ ਸੀ ਮੇਰੇ ਮਦਰ ਫਾਦਰ ਦੀ ਕਿ ਮੈਨੂੰ ਇਸ ਲਾਈਨ 'ਚ ਪਾਉਂਦੇ। ਪਹਿਲੀ ਗੱਲ ਤਾਂ ਉਹ ਐਗਰੀ ਨਹੀਂ ਸੀਗੇ, ਕੋਈ ਚਾਹੁੰਦਾ ਹੀ ਨਹੀਂ ਸੀ ਕਿ ਸਾਡੀ ਕੁੜੀ ਰੈਸਲਰ ਬਣੇ। ਜੋ ਹਮਾਰੇ ਹਿੰਦੁਸਤਾਨ ਦੇ ਕਲਚਰ ਦੀ ਸੋਚ ਹੈ ਉਹ ਮੇਰੇ 'ਤੇ ਵੀ ਮਤਲਬ ਕਿ ਲਾਗੂ ਹੋਈ, ਪਰ ਮੈਂ ਹਿੰਮਤ ਨਹੀਂ ਹਾਰੀ ਕਦੇ ਵੀ। ਤੇ ਕਿਵੇਂ ਤੁਹਾਡਾ ਸੁਪਨਾ ਸਾਕਾਰ ਹੋਇਆ ਕਿ ਸਾਰਿਆਂ ਨੂੰ ਮਨਾ ਵੀ ਲਿਆ, ਤੁਹਾਨੂੰ ਇੱਕ ਓਪਰਚੁਨਿਟੀ ਵੀ ਮਿਲੀ ਕਿ ਤੁਸੀਂ ਉੱਥੇ ਇੱਥੇ ਜਾ ਸਕੋ? ਦਾ ਗ੍ਰੇਟ ਖਲੀ ਹਿੰਦੁਸਤਾਨ ਦੇ ਪਹਿਲੇ ਇਹ ਰੈਸਲਰ ਹੋਏ ਨੇ ਕਿ ਜਿਨ੍ਹਾਂ ਨੇ ਵਰਲਡ 'ਚ ਆਪਣੇ WWE 'ਚ ਨਾਮ ਕੀਤਾ, ਅਤੇ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਆਪਣੇ ਹਿੰਦੁਸਤਾਨ ਦੇ ਅੰਦਰ ਆਪਣੇ ਜਲੰਧਰ ਸਿਟੀ 'ਚ ਇੱਕ ਅਕੈਡਮੀ ਖੋਲ੍ਹੀ ਹੈ ਬਹੁਤ ਬੜੀ, ਅਤੇ ਮੇਰੇ ਮਨ ਨੂੰ ਇੱਕ ਲੱਗਾ ਕਿ ਮੈਂ ਤਾਂ ਹਿੰਮਤ ਹਾਰ ਚੁੱਕੀ ਸੀ ਕਿ ਨਾ ਮੇਰੀ ਪੇਰੈਂਟਸ ਮਤਲਬ ਕਿ ਮੰਨਦੇ ਸੀ ਇਸ ਰੈਸਲਿੰਗ ਨੂੰ, ਅਤੇ ਨਾਲੇ ਉਹ ਕਰਦੇ ਕਰਦੇ ਮੇਰੇ ਫਾਦਰ ਮਦਰ ਜੀ ਮਤਲਬ ਕਿ ਇਸ ਦੁਨੀਆਂ 'ਚ ਨਹੀਂ ਰਹੇ। ਬਹੁਤ ਦੁੱਖ ਦਾ ਸੀਗਾ ਅਤੇ ਉਹਨਾਂ ਨੇ ਨਾ ਉਹਨਾਂ ਨੇ ਕਰਨ ਦੇਣਾ ਸੀਗਾ। ਮੈਂ ਇੱਕ ਉੜਦੀ ਖਬਰ ਸੁਣੀ ਕਿ ਤੁਹਾਡੇ ਪਾਪਾ ਨੇ ਤੁਹਾਨੂੰ ਕੁੱਟਿਆ ਸੀ, ਮੈਂ ਕਹਿਣਾ ਨਹੀਂ ਚਾਹ ਰਹੀ ਸੀ, ਲੇਕਿਨ ਜਦੋਂ ਸੀਗੇ ਤਾਂ ਉਹ ਇਸ ਗੇਮ ਦਾ ਵੀ ਨਾਂ ਲੈ ਦੇਣਾ ਨਾ, ਜਦੋਂ ਕੁਸ਼ਤੀ ਦੇ ਕਿਤੇ ਲਾਗੇ ਛਾਗੇ ਦਾ ਦੰਗਲ ਹੁੰਦੇ ਸੀ ਪਿੰਡਾਂ ਵਿੱਚ, ਹਾਂਜੀ, ਤਾਂ ਅਸੀਂ ਕਿਤੇ ਜਾਣ ਵਾਸਤੇ ਵੀ ਕਹਿ ਦੇਣਾ ਨਾ ਤਾਂ ਉਦੋਂ ਵੀ ਕੁੱਟ ਪੈ ਜਾਂਦੀ ਸੀ, ਕਰਨੀ ਤਾਂ ਬਹੁਤ ਦੂਰ ਦੀ ਗੱਲ ਸੀ। ਅਤੇ ਫਿਰ ਤੁਸੀਂ ਉੱਥੇ ਗਏ ਜਲੰਧਰ? ਹਾਂਜੀ, ਜਲੰਧਰ ਗਈ ਹਾਂ ਜੀ ਮੈਂ 2015 'ਚ, ਜਨਵਰੀ 'ਚ ਉਹਨਾਂ ਨੇ ਅਕੈਡਮੀ ਓਪਨ ਕੀਤੀ ਦਾ ਗ੍ਰੇਟ ਖਲੀ ਜੀ ਨੇ ਜੀ, ਅਤੇ ਜੋ ਕਿ ਮੇਰੇ ਆਈਡਲ ਵੀ ਨੇ, ਮੈਂ ਉਹਨਾਂ ਨੂੰ ਬਹੁਤ ਪਸੰਦ ਕਰਦੀ ਸੀ, ਮੇਰੇ ਬਹੁਤ ਮਤਲਬ ਇੱਛਾ ਸੀ ਕਿ ਮੈਂ ਉਹਨਾਂ ਦੇ ਨਾਲ ਜਾ ਕੇ ਜਿੱਦਾਂ ਰੈਸਲਿੰਗ ਸਿੱਖਾਂ ਜਾਂ ਕੁਛ ਕਰਾਂ। ਬਹੁਤ ਔਖਾ ਕੰਮ ਚੁਣਿਆ ਤੁਸੀਂ, ਬਹੁਤ ਔਖਾ ਸਪੋਰਟ ਚੁਣਿਆ, ਕੀ ਤਿਆਰੀ ਕੀਤੀ ਤੁਸੀਂ ਇਸ ਵਾਸਤੇ? ਕਹਿੰਦੇ ਨਾ ਬੱਚੇ ਨੂੰ ਤੁਸੀਂ ਟੋਫੀ ਚੋਕਲੇਟ ਵਾਸਤੇ ਮਨਾ ਕਰਦੇ ਹਾਂ ਅੱਜ ਦੇ ਟਾਈਮ 'ਚ ਜੀ, ਉਹ ਬੱਚਾ ਜ਼ਰੂਰ ਖਾਏਗਾ, ਜਿੱਦ ਕਰਕੇ ਖਾਂਦਾ ਹੈ, ਦੰਦਾਂ ਨੂੰ ਕੀੜਾ ਲੱਗ ਜਾਂਦਾ ਸੀ, ਨਹੀਂ ਖਾਣ ਦੇਣੀ। ਮੇਰੇ ਦਿਮਾਗ ਦੇ ਵਿੱਚ ਨਾ ਬਚਪਨ ਤੋਂ ਕੁਛ ਹਟ ਕੇ ਹੈ, ਛੋਟੇ ਹੁੰਦੇ ਨੇ ਇੱਕ ਪ੍ਰੋਗਰਾਮ ਸੀਗਾ ਇੱਕ ਜਿੱਦਾਂ ਫਿੱਟ ਹੋ ਜਾਂਦਾ ਨਾ ਕਿ ਇਸ ਬੱਚੇ ਨੇ ਉਹ ਕੰਮ ਕਰਨਾ ਜਿਹੜਾ ਸਾਰਿਆਂ ਨੇ ਮਨਾ ਕਰਨਾ। ਅਤੇ ਕੀ ਮਿਹਨਤ ਕੀਤੀ, ਮਤਲਬ ਬੁਲਬੁਲ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਪੈਟਰਨ ਹੁੰਦਾ ਸੀ, ਕੀ ਰਜੀਮ ਹੁੰਦਾ ਸੀ? ਬੁਲਬੁਲ ਸੀ ਪਹਿਲਾਂ ਸਰਬਜੀਤ ਕੌਰ, ਜਿਹਦਾ ਪੈਟਰਨ ਇਹ ਹੁੰਦਾ ਸੀ ਕਿ ਜਿਹਨੇ ਖਾਣਾ ਔਰ ਫਾਈਟ ਵਾਲੀ ਮੂਵੀ ਦੇਖਣੀ, ਬਸ ਹੋਰ ਕੋਈ ਕੰਮ ਨਹੀਂ ਹੁੰਦਾ ਸੀ, ਅਤੇ ਖਾਣਾ ਪੀਣਾ ਮੈਨੂੰ ਬਹੁਤ ਪਸੰਦ ਸੀ ਅਤੇ ਪੰਜਾਬੀਆਂ ਨੂੰ ਹੁੰਦਾ ਹੀ ਹੈ, ਅਤੇ ਇੱਕੋ ਹੀ ਚੀਜ਼ ਮੈਨੂੰ ਜ਼ਿਆਦਾ ਪਸੰਦ ਸੀਗੀ ਉਹ ਖਾ ਪੀ ਕੇ ਲੜਨਾ, ਮੀਨ ਕਿਸੇ ਨਾਲ ਲੜ ਪੈਣਾ ਜਿੱਦਾਂ ਬੇਵਜ੍ਹਾ ਹੀ, ਬੇਵਜ੍ਹਾ ਹੀ ਕਿਉਂਕਿ ਖਾ ਕੇ ਆਏ ਹੋ, ਹਾਂ ਉਹਨੇ ਐਵੇਂ ਐਨਰਜੀ ਕਿੱਥੇ ਵੇਸਟ ਕਰਾਂ, ਅਤੇ ਕਰਦੇ ਕਰਦੇ ਨਾ ਜੀ ਮੇਰਾ ਵੇਟ ਵੀ ਵੱਧ ਗਿਆ, ਭਾਰ ਵੀ ਇੰਨਾ ਹੋ ਗਿਆ ਕਿ ਬੋਡੀ ਕਹਿੰਦੀ ਸੀ ਵੀ ਹੈ ਹੀ ਨਹੀਂ ਹੁਣ ਤਾਂ ਜਿੰਨਾ ਹੀ ਖਤਮ ਹੈ। ਮੈਨੂੰ ਡਾਇਬਿਟੀਜ਼ ਸੀ ਬਹੁਤ ਜ਼ਬਰਦਸਤ, ਓ, ਅਤੇ ਮੇਰਾ ਵੇਟ 150 ਕਿਲੋ ਸੀ ਜੀ। ਫਿਰ ਮੇਰੇ ਦਿਮਾਗ 'ਚ ਇੱਕ ਦਿਨ ਆਈ ਕਿ ਮੈਂ ਕਿਹਾ ਯਾਰ ਕੋਈ ਇਹੋ ਜਿਹਾ ਕੰਮ ਕੀਤਾ ਜਾਏ, ਨਾ ਆਪਣੇ ਮਾਂ ਬਾਪ ਲਈ ਕੁਛ ਕੀਤਾ ਤੂੰ ਬੋਝ ਹੈ ਧਰਤੀ 'ਤੇ, ਮੈਨੂੰ ਆਪਣੇ ਆਪ 'ਤੇ ਇੰਨੀ ਗਿਲਟੀ ਫੀਲ ਹੋਣ ਲੱਗ ਪਈ ਜੀ, ਅਤੇ ਉਸੇ ਦਿਨ ਤੋਂ ਮੈਂ ਸੋਚਿਆ ਕਿ ਨਹੀਂ ਮੈਂ ਕੁਛ ਇਹੋ ਜਿਹਾ ਕੰਮ ਕਰਨਾ ਹੈ ਕਿ ਜਿਹਦੇ ਮੇਰੇ ਡ੍ਰੀਮ ਨੇ ਉਹ ਮੈਂ ਪੂਰੇ ਨਹੀਂ ਕਰ ਪਾਈ ਅਤੇ ਮੇਰਾ ਜੀਣ ਦਾ ਕੋਈ ਮਕਸਦ ਨਹੀਂ ਹੈ, ਅਸੀਂ ਕੁੱਟ ਵੀ ਬੜੀ ਖਾ ਲਈ ਇਹਨਾਂ ਪਿੱਛੇ ਅਤੇ ਉਹ ਕੰਮ ਵੀ ਹੁਣ ਕਰਨਾ ਹੈ। ਅਤੇ ਬੁਲਬੁਲ ਦੀ ਤਿਆਰੀ ਉੱਥੋਂ ਸ਼ੁਰੂ ਹੋਈ, ਮੈਂ ਜਿੰਮ ਵਿੱਚ ਗਈ, ਮੇਰੇ ਟ੍ਰੇਨਰ ਸੀਗੇ ਅਤੇ ਮੈਂ ਫਸਟ ਟਾਈਮ ਜਿੰਮ ਗਈ, ਮੈਂ ਦੇਖਿਆ ਜੀ ਜਿੰਮ 'ਚ ਵੀ ਜਿੰਮ ਕਰਨਾ ਹੈ ਮੈਂ, ਉਹ ਕਹਿੰਦੇ ਜੀ ਜਿੰਮ ਤੁਸੀਂ ਕਿੱਥੋਂ ਕਰ ਲਓਗੇ ਜਿੰਮ, ਕਹਿੰਦੇ ਤੁਹਾਡੇ ਕੋਲ ਤਾਂ ਖੜ੍ਹਾ ਨਹੀਂ ਹੋਇਆ ਜਾ ਰਿਹਾ,
ਉਹ ਜਿੱਦੇ ਉਹਨੇ ਕਿਹਾ ਮੈਂ ਪਾਣੀ ਦਾ ਗਲਾਸ ਭਰ ਲੰਗੀ ਤੇ ਮੈਂ ਡਿੱਗ ਗਈ ਬੇਹੋਸ਼ ਹੋ ਗਈ। ਹਾਂਜੀ ਤੇ ਥੋੜੀ ਦੇਰ ਬਾਅਦ ਉਹ 2 ਮਿੰਟ ਬਾਅਦ ਹੀ ਹੋਸ਼ ਆ ਗਈ ਤੇ ਉੱਠੇ ਤੇ ਮੈਨੂੰ ਕਹਿੰਦਾ ਤੁਸੀਂ ਨਾ ਹਸਪੀਟਲ ਜਾਓ। ਇਹ ਜਿਹੜਾ ਮੈਂ ਹੁਣੇ ਦੇਖਿਆ ਤਿਆਰੀ ਕਰਕੇ ਦਿਖਾਉਂਗੀ। ਉਹ ਕਹਿੰਦੇ ਨਹੀਂ ਨਹੀਂ ਕੁਛ ਨੀ ਹੋ ਸਕਦਾ ਤੇਰਾ। ਮੈਨੂੰ ਬੜੀ ਗਿਲਟੀ ਜਿਹੀ ਮਹਿਸੂਸ ਹੋਈ ਕਿ ਨਹੀਂ ਯਾਰ ਵੀ ਸਰਬਜੀਤ ਤਾਂ ਕੁਛ ਨੀ ਕਰ ਸਕਦੀ ਤੇ ਫਿਰ ਕੁਛ ਨਾ ਕੁਛ ਕਰਨਾ ਪੈਣਾ ਤੈਨੂੰ। ਮੈਂ ਦਬਾ ਕੇ ਮਿਹਨਤ ਕੀਤੀ ਜੀ, ਖਾਣਾ ਪੀਣਾ ਛੱਡਤਾ, ਰੋਟੀ ਜਾਂ ਡਾਈਟ ਫੋਲੋ ਕੀਤੀ ਉਹਨਾਂ ਦੀ, ਬਹੁਤ ਹਾਰਡ ਮਿਹਨਤ ਕੀਤੀ, ਰਨਿੰਗ ਕਰਨੀ, ਭੱਜ ਦੌੜ ਖੇਤਾਂ 'ਚ ਇੱਧਰ ਉੱਧਰ ਕਿਤੇ ਜਿੱਥੇ ਵੀ ਟਾਈਮ ਮਿਲਣਾ ਨਾ, ਮਿਹਨਤ ਕੀਤੀ ਮੈਂ ਬਹੁਤ ਜ਼ਿਆਦਾ। ਸਾਡੀ ਸਿਰਜਣਹਾਰਿਆਂ ਦੀ ਜ਼ਿੰਦਗੀ ਦਾ ਸਫ਼ਰ ਦਾ ਹਿੱਸਾ ਬਣਨਾ ਅੱਜ ਬਹੁਤ ਚੰਗਾ ਲੱਗ ਰਿਹਾ। ਹੋਰ ਕਹਾਣੀਆਂ ਸੁਣਾਂਗੇ, ਹੋਰ ਗੱਲਾਂ ਸੁਣਾਂਗੇ। ਬੀਬੀ ਬੁਲਬੁਲ ਕਿੰਨਾ ਖੂਬਸੂਰਤ ਮਿੱਠਾ ਜਿਹਾ ਨਾਂ ਹੈ, ਅਤੇ ਮਿੱਠੇ ਜਿਹੇ ਤੁਸੀਂ ਹੋ, ਹਾਲਾਂਕਿ ਹਟੇ ਕੱਟੇ ਹੋ ਬਟ ਮਿੱਠੇ ਜਿਹੇ ਹੋ ਬਿਲਕੁਲ। ਸੋ ਮੈਂ ਕੀ ਦੇਖਿਆ ਕਿ ਤੁਸੀਂ ਥੋੜ੍ਹਾ ਜਿਹਾ ਸ਼ਰਮਾਏ ਹੋ। ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਿਰਜਣਹਾਰੀ 2018 ਵਿੱਚ, ਕੋ ਪ੍ਰੈਜੈਂਟਡ ਬਾਏ ਕੋਲਗੇਟ, ਪਾਵਰਡ ਬਾਏ ਪ੍ਰੈਗਾ ਨਿਊਜ਼। ਮਾਂ ਬਣਨੇ ਕਾ ਅਹਿਸਾਸ ਹੋਤਾ ਹੈ ਬਹੁਤ ਖਾਸ। ਅਸੀਂ ਗੱਲ ਕਰ ਰਹੇ ਹਾਂ ਬੀਬੀ ਬੁਲਬੁਲ ਨਾਲ। ਬੀਬੀ ਬੁਲਬੁਲ ਕਿੰਨਾ ਖੂਬਸੂਰਤ ਮਿੱਠਾ ਜਿਹਾ ਨਾਂ ਹੈ, ਅਤੇ ਮਿੱਠੇ ਜਿਹੇ ਤੁਸੀਂ ਹੋ, ਹਾਲਾਂਕਿ ਹਟੇ ਕੱਟੇ ਹੋ ਬਟ ਮਿੱਠੇ ਜਿਹੇ ਹੋ ਬਿਲਕੁਲ। ਸੋ ਮੈਂ ਕੀ ਦੇਖਿਆ ਕਿ ਤੁਸੀਂ ਥੋੜ੍ਹਾ ਜਿਹਾ ਸ਼ਰਮਾਏ ਹੋ, ਹੈਗਾ ਇਮੋਸ਼ਨ ਹਰੇਕ ਲੜਕੀ 'ਚ ਹੁੰਦਾ ਹਿੰਦੁਸਤਾਨ ਦਾ, ਹੈ ਨਾ? ਉਹਨੂੰ ਲੁਕਾਇਓ ਨਾ ਕਦੇ। ਮੈਂ ਸਿਰਫ ਇੰਨਾ ਕਹਿਣਾ ਚਾਹ ਰਹੀ ਹਾਂ ਕਿ ਇਹ ਤੁਹਾਡਾ ਪ੍ਰੋਫੈਸ਼ਨ ਹੈ, ਲੇਕਿਨ ਕਿਤੇ ਨਾ ਕਿਤੇ ਯੂ ਆਰ ਅ ਵੂਮਨ, ਅਤੇ ਉਹਨੂੰ ਸੈਲੀਬ੍ਰੇਟ ਕਰਨਾ ਬਹੁਤ ਜ਼ਰੂਰੀ ਹੈ। ਥੋੜ੍ਹਾ ਜਿਹਾ ਆਪਣੇ ਮੈਚਸ ਬਾਰੇ ਦੱਸੋ, ਕਿਹੜੇ ਜਿੱਤੇ, ਕਿਹਨਾਂ ਨਾਲ ਸੀਗੇ, ਸਾਨੂੰ ਸਾਰਿਆਂ ਨੂੰ ਦੱਸੋ ਇਸ ਬਾਰੇ। ਇੰਟਰਨੈਸ਼ਨਲ ਮੈਚਸ ਜਿੰਨੇ ਵੀ ਕੀਤੇ ਮੈਂ ਕਾਫੀ ਅੱਛੇ ਕੀਤੇ। ਪਹਿਲਾ ਮੈਚ ਮੇਰਾ ਹੋਇਆ ਸੀਗਾ ਕੈਟੀ ਫੌਕਸ। ਹਾਂਜੀ, ਕੈਟੀ ਫੌਕਸ TNN ਦੀ ਪਲੇਅਰ ਸੀ ਜੀ। ਹਾਂਜੀ, USA ਤੋਂ ਹੈ। ਪਹਿਲਾ ਮੈਚ ਸੀ ਮੇਰੀ ਜ਼ਿੰਦਗੀ ਦਾ ਕਿ ਜੋ ਕਿ ਮੈਂ ਕਦੀ ਭੁੱਲ ਨਹੀਂ ਸਕਦੀ। ਕੀ ਹੋਇਆ ਜਿਹੜਾ ਤੁਹਾਡੇ ਲਈ ਬਹੁਤ ਖਾਸ ਹੋ ਗਿਆ? ਉਹ ਖਾਸ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੈਂ ਐਸੇ ਮੰਚ 'ਤੇ ਸੀ ਜਿਹਨਾਂ ਰਿੰਗ ਦੇ ਵਿੱਚ, ਜਿੱਦਾਂ ਮੈਂ ਇੱਕੋ ਚੀਜ਼ ਸੋਚ ਕੇ ਗਈ ਸੀ ਕਿ ਮੈਂ ਉਸ ਫਾਈਟ ਨੂੰ ਜਿੱਤਣਾ ਹੈ। ਇਹ ਵਿਦੇਸ਼ੀ ਨੇ, ਇਹ ਕਰ ਸਕਦੇ ਨੇ, ਅਸੀਂ ਕਿਉਂ ਨਹੀਂ ਕਰ ਸਕਦੇ? ਸਾਡੇ ਲੋਕਾਂ ਦੀ ਸੋਚ ਸੀਗੀ ਕਿ ਇਹ ਕੁੜੀਆਂ ਨਹੀਂ ਕਰ ਸਕਦੀਆਂ, ਸਾਡੇ ਦੇਸ਼ ਦੀਆਂ ਕੁੜੀਆਂ ਨਹੀਂ ਕਰ ਸਕਦੀਆਂ, ਵੀ ਉਹ ਕੱਪੜੇ ਛੋਟੇ ਛੋਟੇ ਹੁੰਦੇ, ਬਾਹਰ ਦਾ ਕਲਚਰ ਹੈ। ਪਰ ਨਹੀਂ, ਮੈਂ ਪੂਰਾ ਪ੍ਰੋਪਰ ਰੈਸਲਿੰਗ ਕੋਸਟਿਊਮ ਪਾ ਕੇ ਗਈ, ਔਰ ਮੈਂ ਬਿਲਕੁਲ ਜਨੂੰਨ ਨਾਲ ਔਰ ਆਪਣੇ ਕੌਨਫੀਡੈਂਸ ਨਾਲ। ਕਿ ਲੜਕੀਆਂ ਨੂੰ ਸਭ ਤੋਂ ਵੱਡੀ ਸ਼ਰਮ, ਬਹੁਤ ਵੱਡੀ ਗੱਲ ਹੁੰਦੀ ਕਿ ਬਹੁਤ ਸਾਰੀ ਲੋਕਾਂ ਦੇ ਵਿੱਚ ਜਾ ਕੇ ਫਾਈਟ ਕਰਨਾ ਔਰ ਲੜਨਾ, ਪਹਿਲਾਂ ਮੇਰਾ ਇੱਕ ਐਕਸਪੀਰੀਅੰਸ ਸੀਗਾ। ਅਤੇ ਮੈਂ ਕਿਸੇ ਨੂੰ ਨਹੀਂ ਦੇਖਿਆ, ਸਿਰਫ ਮੈਂ ਆਪਣਾ ਮਕਸਦ ਦੇਖਿਆ ਕਿ ਮੈਂ ਕੁੜੀ ਨੂੰ ਜਿੰਨੀ ਵੀ ਹੈ, ਜਿੰਨੀਆਂ ਵੀ ਆਉਣਗੀਆਂ ਮੈਂ ਮਾਰਨੀ ਆ। ਮੈਂ ਨਹੀਂ ਸੋਚਿਆ ਮੇਰੀ ਇੱਕ ਨਾ ਆ, ਦੋ ਨਾ, ਚਾਰ ਕੁੜੀਆਂ ਸੀ। ਚਾਰ? ਹਾਂਜੀ, ਹਾਂ, ਟੈਗ ਮੈਚ ਸੀ ਸਾਡਾ। ਫਿਰ ਉਸ ਤੋਂ ਬਾਅਦ ਤਾਂ ਮੇਰੇ ਮੈਚ ਹੁੰਦੇ ਹੀ ਗਏ ਧੀਰੇ ਧੀਰੇ, ਵਧੀਆ ਵਧੀਆ। ਫਿਰ ਬਹੁਤ ਸਾਰੇ ਮੈਚ ਜਿੱਤੇ ਮੈਂ ਜੀ। ਰੈਸਲਿੰਗ ਦਾ ਮੇਰਾ ਇੱਕ ਸੁਪਨਾ ਹੋ ਗਿਆ ਜੋ ਪੂਰਾ ਕੀ। ਅੱਜ ਮੈਂ ਹੋਰ ਅੱਗੇ ਮੈਂ ਚਾਹੁੰਦੀ ਕਿ ਮੇਰੀਆਂ ਸਿਸਟਰਾਂ ਦਾ ਅੱਗੇ, ਹਾਂ, ਕੀ ਤੁਹਾਡਾ, ਜਿਸ ਤਰ੍ਹਾਂ ਮੇਰੇ ਫਰੈਂਡਸ ਨੇ, ਹੋਰ ਲੜਕੀਆਂ ਨੇ ਆਪਣੇ ਦੇਸ਼ ਦੀਆਂ, ਕਿ ਉਹ ਆਪਣੇ ਦੇਸ਼ ਦਾ ਨਾਮ ਉੱਚਾ ਕਰਨ, ਜਿਸ ਤਰ੍ਹਾਂ ਰੈਸਲਿੰਗ 'ਚ ਹੋਰ ਲੜਕੀਆਂ ਆਉਣ, ਨਵੀਆਂ ਨਵੀਆਂ ਜਨਰੇਸ਼ਨ, ਜਿਸ ਤਰ੍ਹਾਂ ਮੈਂ ਪਹਿਲ ਕੀਤੀ, ਇੱਦਾਂ ਹੀ ਕਿਸੇ ਨਾ ਕਿਸੇ ਨੂੰ ਹੋਰ ਕਰਨੀ ਪਏਗੀ। ਤੇ ਤੁਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹੋ? ਬਿਲਕੁਲ ਬਿਲਕੁਲ ਬਿਲਕੁਲ, ਮੈਂ ਆਪਣੇ ਹਿੰਦੁਸਤਾਨ ਦੀ ਹਰੇਕ ਲੜਕੀ ਨੂੰ ਇਸ ਮੰਚ 'ਤੇ ਦੇਖਣਾ ਚਾਹੁੰਦੀ ਹਾਂ ਕਿ ਜੋ ਅਸੀਂ ਨਹੀਂ ਕਰ ਸਕੇ, ਕੁਛ ਸਾਡੇ ਤੋਂ ਛੁੱਟ ਜਾਏ। ਮੈਂ ਚਾਹੁੰਦੀ ਹਾਂ ਕਿ ਮੇਰੇ ਹੋਰ ਭੈਣਾਂ ਆਉਣ, ਅੱਗੇ ਨਿਕਲਣ, ਉਹਨਾਂ ਦੇ ਮਾਤਾ ਪਿਤਾ ਲੜਕੀਆਂ ਦੇ ਉਹਨਾਂ ਨੂੰ ਇਹੋ ਜਿਹੇ ਫੀਲਡ ਵਿੱਚ ਭੇਜਣ ਕਿ ਹਮਾਰੇ ਹਿੰਦੁਸਤਾਨ ਦਾ ਨਾਂ ਹੋਰ ਵੀ ਅੱਛੇ ਤਰੀਕੇ ਨਾਲ ਰੋਸ਼ਨ ਕਰਨ। ਔਰ ਤੁਸੀਂ ਹੋਰ ਯਹਾਂ ਪੇ ਇੱਥੇ ਬੈਠ ਕੇ ਸਿਰਜਣਹਾਰੀਆਂ ਬਣਾ ਸਕੋ। ਮੇਰਾ ਸਲੂਟ ਹੈ ਗ੍ਰੇਟ ਖਲੀ ਜੀ ਨੂੰ, ਬਹੁਤ ਧੰਨਵਾਦ ਕਰਦੀ ਮੈਂ ਉਹਨਾਂ ਦਾ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਬਣਾਇਆ, ਇੱਕ ਬਿਮਾਰ ਨੂੰ ਇੱਕ ਅੱਛੇ ਸਟਾਰ ਬਣਾਇਆ, ਜਿਹਨੂੰ ਕਿ ਜੀਵਨ 'ਚ ਮੈਂ ਕਦੀ ਨਹੀਂ ਭੁੱਲਾਂਗੀ। ਕਿਸ ਤਰ੍ਹਾਂ ਲੱਗਦਾ ਹੈ ਇੰਡੀਆ ਦੀ ਪਹਿਲੀ ਫ੍ਰੀ ਸਟਾਈਲ ਰੈਸਲਰ ਹੋਣਾ? ਮਿਹਨਤ ਕੀਤੀ ਹੈ, ਬਹੁਤ ਅੱਛਾ ਲੱਗਦਾ।
ਬਹੁਤ ਅੱਛਾ ਲੱਗਦਾ। ਹਾਂਜੀ, ਮਿਹਨਤ ਕਹਿੰਦੇ ਨਾ, ਮਿਹਨਤ ਤਾਂ ਸਾਰੇ ਲੋਕ ਕਰਦੇ ਨੇ, ਬਹੁਤ ਸਾਰੇ ਲੋਕ ਕਰਦੇ ਨੇ ਜਿਨ੍ਹਾਂ ਦੀ ਮਿਹਨਤ ਤੱਕ ਪਤਾ ਹੀ ਨਹੀਂ ਲੱਗਾ। ਬਿਲਕੁਲ। ਅੱਜ ਜੋ ਤੁਸੀਂ ਇੱਕ ਕੀਤਾ ਕਿ ਲੇਡੀਜ਼ ਲਈ, ਲੜਕੀਆਂ ਵਾਸਤੇ ਤੁਸੀਂ ਸਿਰਜਣਹਾਰੀ ਦਾ ਵਾਰਡ ਤੁਸੀਂ 2018 ਸ਼ੁਰੂ ਕੀਤਾ, ਅਤੇ ਇਹਦੇ ਨਾਲ ਹੋਰ ਲੋਕਾਂ ਨੂੰ ਪਤਾ ਲੱਗੇਗਾ, ਅਤੇ ਮੈਂ ਚਾਹੁੰਦੀ ਕਿ ਅਗਲੇ ਵਾਰ 2019 2020 ਮੇਰੀ ਤਰ੍ਹਾਂ ਹਜ਼ਾਰਾਂ ਦੀ ਤਾਦਾਦ ਵਿੱਚ ਇੱਥੇ ਕੁੜੀਆਂ ਆਉਣ, ਰੈਸਲਿੰਗ ਦਾ ਨਾਮ ਲੈਣ ਕਿ ਹਾਂ ਅਸੀਂ ਦੇਸ਼ ਲਈ ਕੁਛ ਕਰ ਰਹੀ ਹਾਂ। ਉਹਨਾਂ ਦੇ ਮਾਤਾ ਪਿਤਾ ਨੂੰ ਜਿੱਦਾਂ ਗਰਵ ਹੋਣਾ ਚਾਹੀਦਾ। ਬਿਲਕੁਲ, ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ, ਅਤੇ ਬਹੁਤ ਹਿੰਮਤ ਮਿਲੀ, ਬਹੁਤ ਜੋਸ਼ ਆਇਆ ਤੁਹਾਨੂੰ ਦੇਖ ਕੇ, ਅਤੇ ਮੈਂ ਵੀ ਥੋੜ੍ਹੀ ਜਿਹੀ ਕੋਸ਼ਿਸ਼ ਕਰਾਂਗੀ ਕਿ ਅਗਲੇ ਵਾਰ ਜੇ ਕਦੇ ਤੁਸੀਂ ਮੇਰੇ ਨਾਲ ਮਿਲੋ ਤਾਂ ਮੈਂ ਵਾਕਈ ਜੈਨੂਇਨ ਮੈਚ ਜਿੱਤਾਂ ਤੁਹਾਡੇ ਤੋਂ। ਬਿਲਕੁਲ ਜੀ, ਬਿਲਕੁਲ, ਬਹੁਤ ਅੱਛਾ ਲੱਗਾ। ਬਹੁਤ ਪਿਆਰਾ ਜਿਹਾ ਇੱਕ ਮੈਸੇਜ ਹਰਸਿਮਰਤ ਕੌਰ ਬਾਦਲ ਜੀ ਨੇ ਤੁਹਾਡੇ ਲਈ ਅਤੇ ਨਵਜੋਤ ਕੌਰ ਲਈ, ਜਿਹੜੇ ਸਾਡੇ ਨਾਲ ਅੱਜ ਸੀਗੇ, ਸਾਡੀ ਦੋ ਸਿਰਜਣਹਾਰੀਆਂ ਅੱਜ ਦੇ ਐਪੀਸੋਡ ਦੀ, ਤੁਹਾਡੇ ਲਈ ਇੱਕ ਬਹੁਤ ਪਿਆਰਾ ਮੈਸੇਜ ਹੈ, ਸੁਣਦੇ। ਇਹਨਾਂ ਦੋਵਾਂ ਹਿੰਮਤੀ ਧੀਆਂ ਦੀ ਕਹਾਣੀ ਸੁਣ ਕੇ ਉਹਨਾਂ ਲੋਕਾਂ ਨੂੰ ਤਾਂ ਮੂੰਹ ਤੋੜ ਜਵਾਬ ਮਿਲ ਗਿਆ ਹੋਗਾ ਜਿਹੜੇ ਅਕਸਰ ਸੋਚਦੇ ਨੇ ਅਤੇ ਕਹਿੰਦੇ ਨੇ ਧੀਆਂ ਤਾਂ ਕਮਜ਼ੋਰ ਹੁੰਦੀਆਂ ਨੇ, ਨਾਜ਼ੁਕ ਹੁੰਦੀਆਂ ਨੇ। ਲੇਕਿਨ ਇੱਕ ਗੱਲ ਤਾਂ ਪੱਕੀ ਹੈ, ਜੇ ਇਹ ਧੀਆਂ ਕੋਈ ਚੀਜ਼ ਠਾਣ ਲੈਣਾ ਫਿਰ ਇਹ ਦ੍ਰਿੜਤਾ ਦੀ ਵੀ ਮੂਰਤ ਹੁੰਦੀਆਂ ਨੇ। ਦੇਖਿਆ ਕਿਵੇਂ ਨਵਜੋਤ ਕੌਰ ਅਤੇ ਬੁਲਬੁਲ ਨੇ ਕੁਸ਼ਤੀ ਦੇ ਅਖਾੜੇ ਵਿੱਚ ਇਹੋ ਜਿਹੀ ਮਿਸਾਲ ਕਾਇਮ ਕੀਤੀ ਕਿ ਦੁਨੀਆ ਦੇਖ ਕੇ ਦੰਗ ਰਹਿ ਗਈ। ਉਹ ਸਾਰੇ ਮਾਪੇ ਜਿਹੜੇ ਆਪਣੇ ਕੁੜੀਆਂ ਨੂੰ ਖੇਡ ਦੇ ਅਖਾੜੇ ਵਿੱਚ ਭੇਜਣ ਤੋਂ ਡਰਦੇ ਨੇ, ਉਹਨਾਂ ਨੂੰ ਕਮਜ਼ੋਰ ਅਤੇ ਮਜ਼ਬੂਰ ਸਮਝਦੇ ਨੇ, ਅੱਜ ਉਹਨਾਂ ਨੂੰ ਵੀ ਸੋਚਣਾ ਪਊਗਾ। ਧੀ ਅਤੇ ਪੁੱਤ ਦਾ ਫਰਕ ਹੁਣ ਚੱਲਣਾ ਹੋਰ ਨਹੀਂ, ਸਮਝ ਲਓ ਹੁਣ ਸਾਰੇ, ਧੀ ਕਮਜ਼ੋਰ ਨਹੀਂ। ਨਵਜੋਤ, ਬੁਲਬੁਲ, ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ, ਤੁਸੀਂ ਇਸ ਤਰ੍ਹਾਂ ਅੱਗੇ ਵਧਦੇ ਰਹੋ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ, ਸਾਡੀ ਭੈਣਾਂ ਨੂੰ, ਧੀਆਂ ਨੂੰ ਇੱਕ ਰੋਲ ਮਾਡਲ ਬਣ ਕੇ ਇੱਕ ਨਵੀਂ ਦਿਸ਼ਾ ਇਸ ਤਰ੍ਹਾਂ ਹੀ ਦਿੰਦੇ ਰਹੋ। ਤੁਸੀਂ ਇੱਕ ਸੁਪਨੇ ਤੋਂ ਸ਼ੁਰੂ ਕੀਤਾ ਸੀ ਕਿ ਤੁਸੀਂ ਫਿਲਮਾਂ ਵੇਖਦੇ ਸੀ, ਤੁਸੀਂ ਚਾਹੁੰਦੇ ਸੀ ਇਸ ਤਰ੍ਹਾਂ ਹੀ ਮੈਂ ਕੁਛ ਹੋਰ ਕਰਾਂ। ਬਿਲਕੁਲ। ਉਹ ਸੁਪਨੇ ਹਮੇਸ਼ਾ ਵੇਖਦੇ ਰਹੋ, ਹੋਰ ਬਹੁਤ ਸਾਰੀਆਂ ਅਚੀਵਮੈਂਟਸ ਕਰੋ ਅਤੇ ਤੁਹਾਨੂੰ ਦੇਖ ਕੇ ਹੋਰ ਬਹੁਤ ਸਾਰੀਆਂ ਕੁੜੀਆਂ ਇੰਸਪਾਇਰ ਹੋਣ ਅਤੇ ਤੁਹਾਡੀਆਂ ਵਰਗੀਆਂ ਬਣਨ। ਅਤੇ ਮੈਂ ਚਾਹੁੰਦੀ ਹਾਂ ਕਿਸੇ ਦਿਨ ਤੁਹਾਨੂੰ ਵੀ ਮੈਂ ਵੱਡੇ ਸਕਰੀਨ 'ਤੇ ਦੇਖਾਂ ਅਤੇ ਕਹਾਂ ਇਹਨਾਂ ਨੂੰ ਮੈਂ ਨਾਲ ਬੈਠ ਕੇ ਮਿਲੀ ਸੀ, ਇਹਨਾਂ ਨਾਲ ਗੱਲ ਕੀਤੀ ਸੀ, ਆਈ ਐਮ ਸੋ ਪ੍ਰਾਊਡ ਆਫ ਯੂ। ਥੈਂਕ ਯੂ ਬੀਬੀ ਬੁਲਬੁਲ, ਇਟਸ ਸੋ ਲਵਲੀ ਟੂ ਮੀਟ। ਥੈਂਕ ਯੂ। ਬਾਏ ਆਲ। ਦੋਸਤੋ, ਸਿਰਜਣਹਾਰੀ ਦੇ ਇਸ ਮਹਾਮੰਚ ਉੱਪਰ ਸਾਡੇ ਨੈਕਸਟ ਐਪੀਸੋਡ ਵਿੱਚ ਆਉਣਗੀਆਂ ਸਮਾਜ ਦੀ ਨੁਹਾਰ ਬਦਲਣ ਵਾਲੀਆਂ ਹੋਰ ਸਿਰਜਣਹਾਰੀਆਂ। ਉਦੋਂ ਤੱਕ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ਅਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। '98 ਵਿੱਚ ਨਾ ਬੋਂਬੇ ਮੇਰਾ ਐਕਸੀਡੈਂਟ ਹੋਇਆ। ਐਕਚੁਅਲੀ ਮੈਂ ਵਾਰ ਵਾਰ ਸੋਚ ਰਹੀ ਸੀਗੀ ਕਿ ਬੋਡੀ ਹਿੱਲ ਕਿਉਂ ਨਹੀਂ ਰਹੀ, ਇਹਨੂੰ ਕੀ ਹੋਇਆ, ਔਰ ਪਾਪਾ ਨੇ ਵੀ ਮੈਨੂੰ ਦੱਸਿਆ ਨਹੀਂ ਕਿ ਹੁਣ ਤੂੰ ਜ਼ਿੰਦਗੀ 'ਚ ਕਦੀ ਨਹੀਂ ਚੱਲ ਸਕਦਾ। ਲੇਕਿਨ ਹਾਲੇ ਵੀ ਜ਼ਿੰਦਗੀ ਖਤਮ ਨਹੀਂ ਹੋਈ ਹੈ। ਬਸ 98 ਤੋਂ ਲੈ ਕੇ ਨਾ 2018 ਤੱਕ ਮੈਂ ਬੈੱਡ 'ਤੇ ਕੰਪਲੀਟਲੀ ਕਮਰੇ ਦੇ ਅੰਦਰ ਬੰਦ ਸੀਗੀ। ਫਿਰ ਦੀਦੀ ਮਿਲ ਗਏ ਅਚਾਨਕ, ਜਿਹਨੇ ਸਾਡੀ ਇੱਦਾਂ ਦੀ ਅੱਧਮਰੀ ਲਾਈਫ ਦੇ ਵਿੱਚ ਉਹ ਸਾਰੇ ਮੂਮੈਂਟ ਲਿਆਉਂਦੇ ਜਿਹੜੇ ਅਸੀਂ ਕਦੀ ਸੋਚ ਵੀ ਨਹੀਂ ਸੀ ਲੈਂਦੇ।